ਖੇਡਿਆ ਜਾਣਾ ਦੋਨੋਂ ਟੀਮਾਂ ਦੇ ਦਰਮਿਆਨ, ਬੜਾ ਸ਼ਾਨਦਾਰ ਮੁਕਾਬਲਾ ਖੇਡਿਆ ਜਾਣਾ ਹੈ। ਪਰਚੀਆਂ ਪੈਣ ਲੱਗੀਆਂ ਵੀਰੇ, ਜੇਤੂ ਟੀਮਾਂ ਦੇ ਇੱਕ ਇੱਕ ਪਲੇਅਰ ਆ ਗਏ ਸਾਡੇ। ਬੈਟਿੰਗ ਕਿਹਦੀ ਆ? ਬੈਟਿੰਗ ਇੱਕ ਇੱਕ ਆਵੇ ਜੇ ਦੂਜਾ ਪਲੇਅਰ ਆਇਆ ਤੇ ਜਿਹੜੀ ਟੀਮ ਦੇ ਦੋ ਪਲੇਅਰ ਆਏ ਭਾਈ ਉਹਦਾ ਚੌਥਾ ਮੈਚ ਹੋਊਗਾ, ਨੋਟ ਕਰ ਲਿਓ। ਜਿਹੜੀ ਟੀਮ ਦੇ ਦੋ ਪਲੇਅਰ ਆ ਗਏ ਉਹ ਟੀਮ ਦਾ ਚੌਥਾ ਮੈਚ ਹੋਊਗਾ, ਇਹ ਨੋਟ ਕਰ ਲਿਓ। ਮੈਚ ਕਰ ਦਈਏ ਪਲੇਅਰ ਭਾਜਾ ਦੀ ਦੇ ਨਾਲ, ਤੁਹਾਡਾ ਕੀ ਨਾਮ? ਬੜਾ ਸੋਹਣਾ ਮੁਕਾਬਲਾ ਜਿਹੜਾ ਕਹਿੰਦੇ ਖੇਡਿਆ ਜਾਣਾ ਦੋਨੋਂ ਟੀਮਾਂ ਦੇ ਦਰਮਿਆਨ। ਹੋਰ ਵਾਕੇ ਵੀ ਇੱਕ ਪਾਸੇ ਸੰਦੇ ਸੋਹਣੀ ਟੀਮ ਹੈ ਤੇ ਦੂਜੇ ਪਾਸੇ ਕੋਟਲੀ ਵਾਜਾ ਟੀਮ ਹੈ। ਹੈ ਕਿਤੇ ਦੋਵੇਂ ਟੀਮਾਂ ਚੋਟੀ ਨਾਲ ਸਿਰੇ ਦੀ ਇੱਕ ਟੱਕਰ ਦੇ ਹੋਣ ਜਾ ਰਹੀ ਹੈ ਖੇਡ ਦੇ ਮੈਦਾਨ ਉੱਪਰ। ਹੈ ਕਿਤੇ ਵੱਡਾ ਕੱਪ ਦੁਆਬੇ ਏਰੀਏ ਦਾ ਆਹੋ ਸਾਹਮਣੇ ਕਹਿੰਦੇ ਖੇਡਿਆ ਜਾ ਰਿਹਾ ਲਾਸਟ ਮੁਕਾਬਲਾ, ਕਹਿੰਦੇ ਪਹਿਲੇ ਰਾਊਂਡ ਦਾ ਮੇਰੀ ਹੀਰੋ ਕਿਹੜਾ ਕਿਹੜਾ ਜਾਣਾ ਪੈ ਰਿਹਾ। ਉਹ ਧੰਨ ਕਹਿੰਦਾ ਵੀ ਬਹਿਰ ਚੱਲਿਆ ਮੈਂ ਫਤਿਹ ਭਰਾ ਦੇ ਨਾਲ ਵੀ ਧੰਨ ਇੱਕ ਵਾਰ ਮਣੀਆਂ ਭਰਾ ਸਾਡਾ ਹੈ। ਕਬੂਤਰ ਬਾਜੀ ਦੇ ਵਿੱਚ ਵੀ ਕਹਿੰਦੇ ਬੜਾ ਨਾਮ ਹੈ, ਉਦੋਂ ਦਿੱਲੀ ਵਾਲੇ ਬੈਠਿਆ ਦੇ ਨਾਲ ਕਹਿੰਦੇ ਹੈਪੀ ਆ ਭਰਾ ਸਾਡਾ, ਨਾਲ ਉਹਦੇ ਪੁੱਤਰ ਬੈਠੇ ਹੈ, ਬੱਚੇ ਬੈਠੇ ਹੈ, ਬੜਾ ਧੰਨਵਾਦ ਕਰਦੇ ਹਾਂ, ਆਨੰਦ ਮਾਣਦੇ ਹਾਂ ਟੂਰਨਾਮੈਂਟ ਦੀ ਜੋਰਦਾਰ। ਬੜਾ ਸ਼ਾਨਦਾਰ ਮੁਕਾਬਲਾ ਜਿਹੜਾ ਕਹਿੰਦੇ ਖੇਡਿਆ ਜਾਣਾ ਮੇਰੇ ਹੀਰੋ ਸ਼ਕਤੀ ਭਾਜੀ ਨਾਮ ਦੀ ਸ਼ੁਰੂਆਤ ਹੈ, ਇਹਦੀ ਹੋਂਦ ਆ ਰਹੀ ਹੈ ਵੀ ਖੋਲ ਲਗਾ ਮੈਚ ਜਿਹਨੂੰ ਸਾਹਮਣਾ ਵਾਲਾ ਭੇੜ ਕਹਿੰਦੇ, ਬੋਲਰਾਂ ਦੇ ਮੈਚਾਂ ਦਾ ਜਿਹਨੂੰ ਮੇਲ ਮੇਲ ਕਹਿੰਦੇ ਵੀ ਮੈਚ ਖੋਲ ਜਾਂ ਟਿਕਾਣੇ ਜਾਂ ਟਿਆਉਣਗੇ, ਪਤਾ ਲੱਗ ਜੂ ਕਿੰਨਾ ਕੁ ਡੂੰਘਾ ਪਾਣੀ, ਕੋਡੀਆਂ ਦੇ ਕੋਡੀਆਂ ਦੇ ਕੋਡੀਆਂ ਦੇ ਅੰਕਿਤ ਕੋਈ ਨਿਕਲੂ ਬੜੇ ਨੇ ਖਾਣੀ, ਕੁੰਡੀਆਂ ਦੇ ਕੁੰਡੀਆਂ ਦੇ ਸਿੰਘ ਫਸ ਗਏ, ਕੋਈ ਨਿਕਲੂ ਬੜੇ ਨੇ ਖਾਣੀ। ਟੀਕੂ ਕਹਿੰਦੇ ਭਾਰਗੋ ਨਗਰ ਦਾ ਮੁੰਡਾ ਪਹਿਲੀ ਵਾਰ ਪਾਉਣ ਲਈ ਕਹਿੰਦੇ ਜਿਹੜਾ ਤਿਆਰ ਬਤਿਆਰ ਹੈ ਵੀ ਜਿਹੜਾ ਪਹਿਲੇ ਕਰ ਗਿਆ ਬਾਹਰ ਯਾਰ ਉਹ ਜੇਤੂ ਮੇਲੇਗਾ, ਰਾਜੇ ਖੇਲੇਗਾ ਉਧਰੋਂ ਜੀ ਸੀ ਟ੍ਰੇਨਰ ਵਾਲੇ, ਹੁਣ ਉਹ ਧੰਨਵਾਦ ਕਰਦੇ ਹਾਂ ਚੌਹਾਨ ਸਾਹਿਬ ਜਿਹਨਾਂ ਦਾ ਵੱਡਾ ਰੋਲ ਹੈ ਹੈਪੀ ਭਰਾ ਕਹਿੰਦਾ ਵੀ ਜਿਹੜੇ ਭਰਾ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜੇ ਹੈ। ਫਾਈਨਲ ਕਾਕਾ ਪਠਰੇ ਵਾਲਾ ਵੀਰ ਆ ਸਾਡਾ ਵੱਡਾ ਵੀਰ, ਹਮੇਸ਼ਾ ਕਿਤੇ ਮਾਣ ਕਰਦਾ ਹੈ ਕਾਕਾ ਪਠਰਾ, ਉਹ ਭਰਾ ਦਾ ਦਿਲੋਂ ਧੰਨਵਾਦ ਹੈ। ਲਓ ਪਾਲਾ ਪੈਂਦੀਆਂ ਬੜੀ ਆਪੀ ਚੱਕ ਮੈਂ ਟੇਕ ਕਰਦੇ ਗੱਲ ਹੋ ਵਾਕੇ ਕਹਿੰਦੇ ਮੁੰਡੇ ਨੂੰ ਵਾਲ ਪਾਲ ਬਿਲਕੁਲ ਤਿਆਰ ਬਰਤਿਆਰ ਲਈ ਪਾਲੀਆਂ ਦੱਸਦੇ ਤਕੜਾ ਮੁਕਾਬਲਾ ਸੰਭਵ ਸੋਰ ਵਸਦ ਰਮਨ ਬੇਦੀ ਜੀ ਵੀ ਕਹਿੰਦੇ ਮੇਰੇ ਵੀਰੋ ਬਾਈ ਜੀ ਦੱਸਿਆ ਧੰਨਵਾਦ ਹੈ। ਬਾਬੂ ਅਰੋੜਾ ਹੈ ਬੜੇ ਪਿਆਰੇ ਆ ਸਾਡੇ ਚੌਹਾਨ ਸਾਹਮਣ ਦਾ ਧੰਨਵਾਦ। ਉਧਰ ਪਾਤੀਆਂ ਪੈਣ ਲੱਗੀਆਂ ਜੀ, ਨੋਟ ਕਰੋ ਪਾਤੀਆਂ ਪੈਣ ਲੱਗੀਆਂ, ਨੋਟ ਕਰੋ ਉਹ ਕਹਿੰਦਾ ਇੰਨਾ ਅੰਦਰ ਆ ਮੂਰੀ ਡਿੱਗ ਹੋਣੇ ਉਹ ਹੋਈ ਆ ਉਹ ਜਿਹੜੀ ਇਹਨਾਂ ਦੇ ਵਿੱਚੋਂ ਜਿੱਤ ਗਈ ਕੋਈ ਨੀ ਬੱਚੇ ਆਪਾਂ ਇਹੀ ਹੁੰਦੀ ਹੈ ਇਹਨਾਂ ਨੂੰ ਖੁਸ਼ੀ।
ਜਿਹੜੀ ਇਹਨਾਂ ਦੇ ਵਿੱਚੋਂ ਜਿੱਤ ਗਈ ਉਹਦਾ ਮਸਾਣੀ ਨਾਲ ਮੈਚ ਹੋਣਾ ਸੀ ਤੀਜਾ, ਜਿਹੜੀ ਇਹਨਾਂ ਦੇ ਵਿੱਚੋਂ ਜਿੱਤ ਗਈ ਮਸਾਣੀ ਨਾਲ ਖੇਡੂ ਮੈਚ ਤੀਜਾ। ਧਲੇਤਾ ਤੇ ਬੇਗਮਪੁਰਾ ਇਹ ਪਹਿਲਾ ਮੈਚ ਹੋਣਾ ਵੀ ਦੋਵੇਂ ਥਾਪੜ ਕੇ ਤੇ ਹਾਰ ਜਾਓ ਲਾਉਣੇ ਆ ਰਹੇ ਚੌਥੇ ਮੈਚ ਤੱਕ ਸੇਲ ਕਿਹਾ ਹੋ ਗਿਆ। ਹਾਂ ਹਾਂ ਪਿੱਛੇ ਪਹਿਲਾਂ ਮੈਂ ਤੁਹਾਡਾ ਕੱਲ ਨੂੰ ਚੌਥਾ ਕਰਦਾ ਮੈਂ ਪੂਰੀ ਲੀਰ ਹੋ ਗਿਆ ਠੀਕ ਆ। ਲੈ ਥਾਪੜ ਕੇ ਤੇ ਸੇਲ ਕਿਹਾ ਜਿਹੜਾ ਜਿੱਤ ਗਿਆ ਕੱਲ ਨੂੰ ਚੌਥਾ ਕੁਆਟਰ ਕਰਦਾ ਮੈਂ ਤੁਹਾਡਾ। ਬਾਈ ਨੋਟ ਕਰਿਓ ਪਹਿਲੇ ਮੈਚ ਲਈ ਮੈਂ ਬੇਨਤੀ ਕਰਾਂਗਾ ਬੇਗਮਪੁਰਾ ਤੇ ਧਲੇਤਾ ਪ੍ਰੋਪਰ ਕਿੱਟ ਦੇ ਵਿੱਚ ਹੋਣ ਸਾਰੇ ਦੋਵੇਂ ਟੀਮਾਂ ਜਦੋਂ ਟੌਸ ਕਰਨਾ ਹੋਣੀਆਂ ਤੇ ਟੀਮਾਂ ਪ੍ਰੋਪਰ ਕਿੱਟ ਦੇ ਵਿੱਚ ਹੋਣੀਆਂ ਚਾਹੀਦੀਆਂ ਧਿਆਨ ਰੱਖਿਓ। ਦੋਨੋਂ ਪਾਸੇ ਦੇਖਾਂਗੇ ਸੂਰਜ ਕਿਤੇ ਮੁੰਡਾ ਵਾਲ ਬੰਦ ਬਿਲਕੁਲ ਪਿਆਰ ਪਰ ਪਿਆਰ ਤੋਂ ਬੰਦੀ ਬਾਹਰ ਪਰ ਬਾਗੇ ਮੁੰਡੇ ਨੇ ਇਸਲੇ ਫਿਰ ਨੇ ਬਣਾ ਦਿੰਦੇ ਕਹਿੰਦੇ ਚੋਟੀ ਦੀ ਭਗਤੀ ਹੈ ਕਹਿੰਦੇ ਕਹਿੰਦੇ ਕਿ ਤਗੜਾ ਮੁਕਾਬਲਾ ਇਸਲੇ ਸੰਭਲ ਸੂਰ ਬਸ ਕੋਟਲੀ ਗਾਜਰਾਂ ਦੋਨਾਂ ਟੀਮਾਂ ਦੇ ਵਿਚਕਾਰ ਜਿਹੜਾ ਚੱਲ ਰਿਹਾ ਹੈ ਨਾਲ ਮੈਂ ਵੱਡਾ ਧੰਨਵਾਦ ਹੈ ਸਾਡੇ ਭਰਾ ਹੈਪੀ ਮਾਸੀ ਦਾ। ਹਾਂ ਜੀ ਬਾ ਕਹਿੰਦੇ ਹੈਪੀ ਮਾਸੀ ਬੈਠਾ ਭਰਾ ਸਾਡਾ ਕੋਟਲੀ ਗਾਜਰਾਂ ਦੇ ਕਹਿੰਦੇ ਮੁੰਡੇ ਬੈਠੇ ਹੈ ਮੈਚਾਂ ਦਾ ਕਹਿੰਦੇ ਹੈ ਸਵਾਲ ਲੈਂਦੇ ਆ ਤੇ ਕਹਿੰਦੇ ਟੀਮ ਵੱਡੀ ਲੈ ਕੇ ਆਏ ਹੈ ਨਹੀਂ ਮਾਨੀ ਗਿੱਲ ਨਹੀਂ ਆਇਆ ਗਿੱਲ ਨਵਰਾਜ ਗਿੱਲ ਐਨ ਕਹਿੰਦੇ ਚਰਚੇ ਹੁੰਦੇ ਹੈ ਨਵਰਾਜ ਭਰਾ ਕਹਿੰਦੇ ਕੋਟਲੀ ਵਾਲਾ ਬੜੀ ਵੱਡੀ ਟੀਮ ਬਣਾਉਂਦਾ ਵੱਡੇ ਮੈਲੇ ਆਨੰਦ ਮਾਰ ਰਿਹਾ ਭਰਾ ਸਾਡਾ ਸਵਾਗਤ ਹੈ ਭਰਾ ਦਾ ਲੋਕੀ ਸਮੇਂ ਦੇ ਵਿੱਚ ਸਮਾਂ ਕੱਢ ਕੇ ਸਾਡੇ ਵਿਚਕਾਰ ਪੁੱਛਿਆ ਕਿਤੇ ਹਰ ਸਾਲ ਭਰਾ ਸਾਡਾ ਭਰਾਵਾਂ ਦੇ ਨਾਲ ਮੋਢਾ ਜੋੜ ਕੇ ਖੜਦਾ ਹੈ ਔਰ ਪਰਮਾਤਮਾ ਇੱਥੇ ਬਣਾਈ ਯਾਰਾਂ ਦੀਆਂ ਯਾਰੀਆਂ ਬਣਾਈ ਰੱਖੀਆਂ ਕਿਤੇ ਭਰਾਵਾਂ ਵਰਗਾ ਪਿਆਰ ਹੈ ਸਾਰੇ ਭਰਾਵਾਂ ਦਾ ਓਵਰ ਸਮਾਪਤ ਦਾ ਵੀ ਦੱਸੋ ਜਿਹੜੇ ਕਿੰਨੇ ਹੋ ਗਏ ਨਵੀਂ ਪੰਜ ਰਨ ਬਣੇ ਇੱਕ ਤੋਂ ਬਾਅਦ ਜਿਹੜੇ ਪੰਜ ਬਣਿਆ ਸਕੋਰ ਬੁੱਕ ਤੇ ਕਹਿੰਦੇ ਪੰਜ ਰਨ ਜਿਹੜੇ ਲੱਗੇ ਹੈ ਬੇ ਟੌਸ ਕਰੋ ਧਲੇਤਾ ਤੇ ਬੇਗਮਪੁਰਾ ਬਾਈ ਬਾਲਰ ਨੇ ਧਲੇਤਾ ਤੇ ਬੇਗਮਪੁਰਾ ਟੌਸ ਕਰੋ ਜੀ ਟੀਮਾਂ ਉਹ ਬਾਲਰ ਨੇ ਬੰਦੇ ਪਾਸੇ ਦੇਖਾਂਗੇ ਉਹ ਵੱਡੇ ਕੱਪ ਦਾ ਔਰ ਬੜਾ ਧੰਨਵਾਦ ਹੈ ਪੰਜ ਆਮ ਸੇਵਾ ਵਾਲੇ ਭਰਾਵਾਂ ਦਾ ਜੋ ਕਿ ਵੱਡੇ ਕੱਪ ਨੂੰ ਲਾਈਵ ਕਰਕੇ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚਾ ਰਹੇ ਕਦੇ ਸਾਰੇ ਹੀ ਰਹਿਣ ਲਏ ਤੈਨੂੰ ਧੰਨਵਾਦ ਬਾਈ ਨੋਟ ਕਰੋ ਪਹਿਲਾ ਮੈਚ ਹੋਣਾ ਧਲੇਤਾ ਤੇ ਫਗਵਾੜਾ ਬੇਗਮਪੁਰਾ ਦੂਜਾ ਮੈਚ ਹੋਣਾ ਚੱਕ ਕਲਾਂ ਦੇ ਜੰਡਿਆਲਾ ਜਿਹੜੀ ਇਹਨਾਂ ਦੇ ਵਿੱਚੋਂ ਜਿੱਤ ਗਈ ਉਹ ਤੀਜਾ ਮੈਚ ਖੇਡੂ ਮਸਾਣੀ ਦੇ ਨਾਲ ਲਾਸਟ ਮੈਚ ਹੋਣਾ ਥਾਪੜ ਕੇ ਤੇ ਸੇਲਕੀ ਵਾਲਾ ਇਹ ਟੀਮਾਂ ਜਿਹੜੀਆਂ ਤਿਆਰ ਹੋਈਆਂ ਨੀਤੀਆਂ ਸਾਡੀ ਨਾਲ ਦੂਜੇ ਵਰੀਆਂ ਕਹਿੰਦੇ ਬਾਲਾਂ ਜਿਹੜੀਆਂ ਪੈ ਰਹੀਆਂ ਖੇਡ ਮੈਦਾਨ ਦੇ ਵਿੱਚ ਮੁੰਡਾ ਕਹਿੰਦੇ ਮਾਨੀ ਹੈ ਮਾਨੀਆਂ ਕਹਿੰਦੇ ਬਾਲਾਂ ਪਾ ਰਿਹਾ ਵੱਡਾ ਮੈਚ ਹੈ ਵੱਡੀਆਂ ਟੀਮਾਂ ਖੇਡਦੀਆਂ ਹੈ ਪੰਜਾਬ ਦੀਆਂ ਕਹਿੰਦੇ ਉੱਚ ਮੋਟੀਆਂ ਟੀਮਾਂ ਨੇ ਟੂਰਨਾਮੈਂਟ ਦੇ ਵਿੱਚ ਭਾਗ ਲਿਆ ਹੈ ਬੇਗਮਪੁਰ ਆ ਗਿਆ ਜੀ ਧਲੇਤੇ ਵਾਲੇ ਮੁੰਡੇ ਆਊਟ ਹਾਊਸ ਕਰਦੇ ਨੇ ਬਾਲਾਂ ਪੈ ਰਹੀਆਂ ਨੇ ਖੇਡ ਦੇ ਮੈਦਾਨ ਕਹਿੰਦੇ
ਹਲਕਾ ਜਿਹਾ ਸਰੀਰ ਨੌਜਵਾਨ ਦਾ ਤਾਂ ਖੇਡ ਤੇ ਗੱਡੀ ਦਾ ਮਾਲਕ ਹੈ ਤੇ ਉਹਦੇ ਪਾਸੇ ਪੈਂਦੀ ਬਾਲ ਤੇ ਬਾਹਰ ਆ ਕੇ ਮੁਕਰੇ ਜਿਹੜੀ ਵਾਈਟ ਹੋ ਗਈ ਅਸੀਂ ਲਿਖੇ ਨਾਲ ਆ ਕੇ ਵਾਧੂ ਸਕੋਰ ਕਿਵੇਂ ਜੁੜਦੇ ਆ ਐਕਸਟਰਾ ਰਨ ਜਿਹੜੇ ਕਿਵੇਂ ਜੁੜਦੇ ਆ ਲਾਸਟ ਮੈਚ ਕਿਤੇ ਪਹਿਲੇ ਰਾਊਂਡ ਦਾ ਜਿਹੜਾ ਖੇਡਿਆ ਜਾ ਰਿਹਾ ਇਧਰਲੇ ਸਾਈਡ ਤੇ ਸਾਹ ਪਹਿਲੇ ਰਾਊਂਡ ਦਾ ਖੇਡਿਆ ਜਾ ਰਿਹਾ ਦੋਨੋਂ ਟੀਮਾਂ ਦੇ ਦਰਮਿਆਨ ਮੇਰੇ ਵੀਰੋ ਸਾਰੇ ਵੀਰਾਂ ਦਾ ਧੰਨਵਾਦ ਜਿਹਨਾਂ ਨੇ ਵੱਡੇ ਜੋਟਾਂ ਜਿਹੜੇ ਦਿੱਤੇ ਹੈ ਆ ਮੇਲੇ ਨੂੰ ਕਰਵਾਉਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਹਾਂ ਲੈ ਮੈਕਸਵਲ ਟਾਸ ਕਰ ਲਓ ਮੇਰਾ ਵੀਰ ਓਏ ਉਹੀ ਬੋਲ ਲਈ ਬੇਗਮਪੁਰਾ ਓਏ ਬੋਲ ਨਹੀਂ ਹੈਗਾ ਉਹ ਇੱਕ ਹੋਰ ਆ ਗਿਆ ਉਹਦੇ ਫਰਦਨ ਪਾਸੇ ਸ਼ੇਰਾਂ ਮੁੰਡੇ ਨੇ ਕਹਿੰਦੇ ਆਪਣੀ ਟੀਮ ਦੇ ਵਿੱਚ ਹੋਰ ਜੋੜੇ ਹੈ ਇੱਕ ਕਹਿੰਦੇ ਹੁਣ ਤਾਂ ਭਰ ਕੇ ਖੇਡੂਗਾ ਮੁੰਡੇ ਨੇ ਇੱਧਰਲੇ ਪਾਸੇ ਕਸਾਵਾ ਸਹੀ ਕਰ ਅਸਲ ਵਿੱਚ ਟੀਮ ਦੇ ਵਿੱਚ ਹੋਰ ਤੇ ਹੈ ਅਗਲੇ ਸਾਲ ਤੱਕ ਵੱਡਾ ਕੱਪ ਗੁੱਡ ਵੰਡੇ ਹੈ ਕਿ ਕੱਪ ਦੁਆਬੇ ਵਾਲਾ ਆਇਆ ਗੁੱਡ ਫਨੈਸ ਵਾਲਿਆਂ ਕਰਵਾਇਆ ਮੋਟੇ ਮੋਟੇ ਨਾਮ ਨਾਮ ਵੀ ਮੋਟੇ ਆ ਮਿੱਤਰੋ ਤੇ ਵੱਡੇ ਵੱਡੇ ਕੱਪ ਨਾਮ ਵੀ ਚੱਕ ਲਿਆ ਕਰੋ ਬੇਟੀ ਆ ਭਰਾਵੜਾ ਜਿਹੜੀ ਗਰਾਊਂਡ ਦੇ ਲਾਗੇ ਹੁੰਦੀ ਹੈ ਉਹ ਚੱਕ ਲਿਆ ਕਰੋ ਜਿਹੜੀ ਬਾਹਲੀ ਦੂਰ ਚਲੀ ਜਾਂਦੇ ਫਿਰ ਤਾਂ ਕਹਿਣਾ ਕੀ ਹੈ ਹਾਂ ਫਿਰ ਤਾਂ ਗੱਡੀ ਉਹ ਕਰਨੀ ਪੈਣੀ ਹੈ ਹਾਂ ਲਵੀ ਤੁਮ ਧਿਆਨ ਰੱਖਿਆ ਕਰ ਥੋੜਾ ਜਿਹਾ ਲਵੀ ਦਿਓ ਬਾਲ ਗਰਾਊਂਡ ਦੇ ਵਿੱਚ ਬਾਲ ਦਿਓ ਮੇਰਾ ਵੀਰ ਬਾਲ ਦੇ ਦਿਓ ਜੀ ਜਿਹੜੀ ਘਸਾਉਣ ਦਿੱਤੀ ਆ ਤੁਹਾਨੂੰ ਬੱਚੇ ਬਾਲ ਬੜਾ ਪੁੱਤ ਭੱਜ ਕੇ ਜਲਦੀ ਤੇਰੇ ਕਰਕੇ ਮੈਚ ਰੁਕਿਆ ਹੋਇਆ ਆ ਭੱਜ ਕੇ ਭੱਜ ਕੇ ਭੱਜ ਕੇ ਭੱਜ ਕੇ ਜਾ ਆ ਦੇ ਦੇ ਦੂਜੇ ਪਾਸੇ ਛੋਟੇ ਛੋਟੇ ਬੱਚੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਕਿਉਂਕਿ ਬਾਲਾਂ ਦੇ ਕੱਪੇ ਡਿਊਟੀ ਨਿਭਾ ਰਹੇ ਨੇ ਪਰ ਕਾਹਦੇ ਕਦੇ ਵੱਡੀ ਸੇਵਾ ਗੱਲ ਪਹਿਲੇ ਦਿਨ ਤੋਂ ਹਨ ਬੱਚਿਆਂ ਦੀ ਛੋਟਾ ਛੋਟਿਆਂ ਦੀ ਇਹਨਾਂ ਦਾ ਸੁਣ ਨੂੰ ਕਹਿੰਦਾ ਕਹਿੰਦਾ ਬੱਚਿਆਂ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ ਫਾਈਨਲ ਵਾਲੇ ਦਿਨ ਟੀਮਾਂ ਜਿਹੜੀਆਂ ਅਗਲੇ ਮੈਚ ਦੀਆਂ ਪਹਿਲਾਂ ਪੂਰੀ ਕਰ ਖੇਡਿਆ ਜਾਣਾ ਹੈ ਬੇਗੋਪੁਰਾ ਵਰਸ ਦੇ ਧਲੇਕਾ ਇਹ ਟੀਮਾਂ ਜਿਹੜੀਆਂ ਆਪਣੇ ਆਪ ਨੂੰ ਤਿਆਰ ਰੱਖਣ ਬਿਨਾਂ ਕਿਸੇ ਦੇ ਤੋਂ ਬੇਗੋਪੁਰਾ ਦੇ ਧਲੇਕੇ ਦਾ ਮੈਚ ਖੇਡਿਆ ਜਾਣਾ ਲਓ ਸਾਹਮਣੇ ਪੈਂਦੀ ਬਾਲ ਇੱਕ ਹੋਰ ਸੋਹਣਾ ਸ਼ਾਟ ਪਰ ਇੱਕ ਰਨ ਦਾ ਵਾਧਾ ਹੈ ਜਿਹੜਾ ਖਿਡਾਰੀ ਨੇ ਕਿਤੇ ਕਰ ਦਿੱਤਾ ਹੈ ਇੱਕ ਰਨ ਦਾ ਵਾਧਾ ਜਿਹੜਾ ਖਿਡਾਰੀ ਨੇ ਕਿਤੇ ਕਰ ਦਿੱਤਾ ਹੈ ਬੈਠੇ ਭੁੱਖੇ ਤੇ ਧਿਆਏ ਬੜੀ ਦੂਰੋਂ ਨਜ਼ਰ ਆ ਰਹੇ ਵੱਜਦੇ ਵੇਖ ਪਲੇਅਰਾਂ ਦੇ ਛੱਕੇ ਚੌਕੇ ਨਾ ਇਹਨਾਂ ਨੂੰ ਕਿਸੇ ਦੀ ਘਾਟ ਕਰਕੇ ਅੱਜ ਕੱਲ੍ਹ ਪੋਗਾ ਕ੍ਰਿਕਟ ਦਾ ਜਨੂਨ ਉਹ ਪੰਜਾਬੀਆਂ ਦੇ ਸਿਰ ਚੜ ਕੇ ਅੱਜ ਕੱਲ੍ਹ ਪੋਗਾ ਕ੍ਰਿਕਟ ਦਾ ਜਨੂਨ ਸਮਰਾਇਆਂ ਦੇ ਸਿਰ ਚੜ ਗਿਆ ਉਹ ਮੁੰਡਾ ਸੱਜੀ ਬੋਲੀ ਬੋਲ ਗਿਆ ਤਾੜੀ ਮਾਰੋ ਜ਼ੋਰਦਾਰ ਮੁੰਡੇ ਲਈ ਐਜ ਲੱਗਿਆ ਤੇ ਆਪਣੇ ਆਪੇ ਤੁਰ ਗਿਆ ਹੈ ਹਾਂ ਸਾਈਂ ਜੀ ਉਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਕੀ ਹੋਇਆ ਹੈ ਤੇ ਮੁੰਡਾ ਆਪਣੇ ਆਪੇ ਮੁੜ ਗਿਆ ਆਉਂਦੀ ਅਗਲਾ ਪਲੇਅਰ ਦਾਦੀ ਦੇ ਨਾਲ ਜਿਹੜੇ ਇਕੱਠੇ ਨਾ ਉਹ ਬੇਟੀ ਆ ਭਰਾ ਬਣਿਆ 144 ਲਾ ਕੇ ਰੱਖੋ ਗਰਾਊਂਡ ਦੇ ਵਿੱਚ
ਇਕੱਠੇ ਨਾ ਆਉਣ ਦਿਓ, ਗਰਮੀ ਬਹੁਤ ਆ, ਮੈਨੂੰ ਪਤਾ ਵੀ ਪੈ ਰਿਹਾ ਖਾਣਾ ਕਿੰਨਾ ਔਖਾ। ਭਾਜੀ ਦੌੜ ਗਿਆ ਯਾਰ, ਬੋਲ ਕਸਾਲਾ ਲੈ ਵੀ ਕਿੰਨੇ ਬਣ ਗਏ ਵੀਰਾ ਜੀ? ਦੋ ਵਾਰ 14 ਰਗੜੇ ਕਿੰਨੇ ਬਣ ਗਏ ਆ? ਦੋ ਵਾਰਾਂ ਤੋਂ ਬਾਅਦ ਰਗੜੇ 14 ਬਣ ਗਏ ਆ। ਦੂਜੇ ਪਾਸੇ ਕਹਿੰਦੇ ਬਾਬੂਆ ਕੋਟ ਖਾਲਸੇ ਦੀ ਧਰਤੀ ਦਾ ਕਾਸਕੋਰੀ ਦੁਨੀਆਂ ਦਾ ਕਹਿੰਦੇ ਟੋਪਰ ਪਲੇਅਰ ਹੈ, ਵੱਡਾ ਨਾਮ ਹੈ ਕਹਿੰਦੇ ਕ੍ਰਿਕਟ ਦੀ ਦੁਨੀਆਂ ਦੇ ਵਿੱਚ, ਇਹਨਾਂ ਖਿਡਾਰੀਆਂ ਦਾ ਹੈ ਲਓ ਬਾਲਪੁਰ ਦੀ ਖਿਡਾਰੀ ਕਹਿੰਦੇ ਫੇਰ ਤਿਆਰ ਬਰ ਤਿਆਰ ਹੈ ਸ਼ਕਤੀ ਕਮਾਲ ਕਰ ਗਿਆ ਕਹਿੰਦੇ ਛੇ ਆ ਮੁੰਡੇ ਨੇ ਕਹਿੰਦੇ ਜੋ ਰੁੱਟੇ ਹੈ ਲਓ ਸ਼ੱਕਾ ਫਸ ਗਿਆ ਆ ਬਾਲ ਆਪਣੇ ਪੁੱਤ ਕਰਾਉਣ ਦੇ ਵਿੱਚ ਪਈਆ ਉਹ ਵਾਕਈ ਵਾਕਈ ਛੇ ਰਨ ਮੁੰਡੇ ਜਿਹੜੇ ਅਸਲ ਵੀ ਟੀਮ ਦੇ ਹਿੱਸੇ ਹੋ ਰਹੇ ਹੈ ਇੱਕ ਲੰਬੀ ਹਿੱਟ ਖੇਡੀ ਨਾਲ ਛੇ ਰਨ ਦਾ ਵਾਧਾ ਕੋਈ ਟੀਮ ਦੇ ਹਿੱਸੇ ਕੀਤਾ ਹੈ ਉਧਰਲੇ ਪਾਸੇ ਮੁੰਡਾ ਫੇਰ ਦੇਖਾਂਗੇ ਵਾਲ ਪਾ ਦੇ ਬਿਲਕੁਲ ਤਿਆਰ ਪਰ ਤਿਆਰ ਦੇ ਜਿਹੜੇ ਪਾਸੇ ਸਰਦਾਰ ਸਰਦਾਰ ਜੀ ਦਾ ਬੜਾ ਧੰਨਵਾਦ ਹੈ ਜੋ ਕਿ ਬਾਲਾਂ ਦੀ ਸੇਵਾ ਨਿਭਾ ਰਹੇ ਨੇ ਉਮਰ ਛੋਟੀ ਹੈ ਪਰ ਜਜ਼ਬਾ ਕਿਤੇ ਕੁਛ ਕਾਲ ਖਾਉਣਾ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਖੇਡ ਮੈਦਾਨ ਨਾਲ ਜ਼ਰੂਰ ਜੁੜੇਗਾ ਹਾਂ ਸੋਨੂਗਾ ਸੋਨੀਆ ਉਹ ਜਾਂਦਾ ਮੁੰਡੇ ਕਹਿੰਦੇ ਮੇਰੇ ਵੀਰੋ ਬਾਲਾਂ ਦੇਖ ਲਾ ਸਕੂਟਰੀਆਂ ਤੇ ਚੱਕਦੇ ਫਿਰਦੇ ਟੀਮ ਵਾਲੇ ਆਓ ਵੇਖ ਲਾ ਸਕੂਟਰੀ ਦੇ ਬਾਲਾਂ ਚੱਕਦੇ ਫਿਰਦੇ ਹੈ ਲਓ ਸਾਹਮਣੇ ਕਹਿੰਦੇ ਬਾਲ ਫੇਰ ਪੈ ਜੀ ਇੱਥੇ ਖੜ ਜਾਓ ਮੇਰਾ ਵੀ ਇੱਥੇ ਖੜ ਜਾਓ ਬਾਲ ਫੜਾ ਦਿਓ ਤੇ ਤੁਸੀਂ ਇੱਥੇ ਖੜ ਜਾਓ ਕਿਉਂਕਿ ਸਾਰੀਆਂ ਹੀ ਬਾਕੀ ਸੋਨੀ ਵੀ ਗੱਲ ਕਰੀਏ ਨਾ ਮੁੰਡੇ ਨੇ ਸਕੂਟਰੀ ਦੇ ਬਾਲਾਂ ਕੱਠੀਆਂ ਕਰਦੇ ਨੇ ਤਾਂ ਜੇ ਗੱਲ ਕਰੀਏ ਸਾਬਰਗਾਹ ਵਾਲੀ ਟੀਮ ਦੀ ਪਹਿਲੇ ਮੈਚ ਦੀ ਟੌਸ ਕੀਤੀ ਸਾਬਰਗਾਹ ਵਾਲੇ ਉਹ ਜਿੱਧਰਲੇ ਪਾਸੇ ਗੱਡੀਆਂ ਖੜੀਆਂ ਨਾ ਉਧਰੋਂ ਮੋਟਰਸਾਈਕਲ ਦੇ ਇੱਥੇ ਤੱਕ ਗੁੱਡੇ ਵੀ ਕ੍ਰੋਸ ਕਰਦੇ ਨੇ ਮੈਂ ਕਿਹਾ ਜੇ ਥੋੜ੍ਹੀ ਜਿਹੀ ਹੋਰ ਦੂਰ ਹੋਵੇ ਗੱਡੀ ਕਰਵਾਉਣੀ ਪੈਣੀ ਸੀ ਬਾਕੀ ਬਾਕੀ ਥੋੜ੍ਹੀ ਜਿਹੀ ਹੋਰ ਦੂਰ ਹੋਵੇ ਜਹਾਜ਼ ਕਰਨਾ ਪੈਣਾ ਸੀ ਪਰ ਸ਼ਕਤੀ ਸ਼ਕਤੀ ਓ ਸ਼ਕਤੀ ਥਾ ਸਿੱਕਾ ਸੁਣਦਾ ਸਿੱਕੇ ਦੇ ਸਿੱਕਾ ਥਾ ਸਿੱਕਾ ਸੁਣਦਾ ਔਰ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਬੰਦਾ ਸਵਾਗਤ ਹੈ ਸਾਡਾ ਵੀਰ ਸਾਡਾ ਸੀਨੀਅਰ ਬੁਲਾਰਾ ਭਰਾ ਸਾਡਾ ਸੁਣੀ ਬੁਲਾਣੀ ਵਾਲਾ ਪੁੱਜਿਆ ਭਰਾ ਸਾਡਾ ਬੋਲਾਂ ਦੀ ਸਾਹ ਪਾਉਂਦਾ ਯਾਰ ਕਹਿੰਦੇ ਵੱਡੇ ਮਾਨ ਸਨਮਾਨ ਹਾਸਲ ਹੈ ਭਰਾ ਸਾਡੇ ਨੂੰ ਪਰਮਾਤਮਾ ਚੜ੍ਹਦੀਆਂ ਕਲਾ ਵਿੱਚ ਰੱਖੇ ਤਰੱਕੀਆਂ ਬਖਸ਼ੇ ਵੀਰ ਸਾਡੇ ਨੂੰ ਅਤੇ ਉੱਧਰਲੇ ਪਾਸੇ ਦੇਖਾਂਗੇ ਫੇਰ ਵਾਹ ਜਿਹੜੀ ਅਸਲ ਖੇਡ ਰਾਜਿੰਦਰ ਮੁੰਡੇ ਦੀ ਪੈਰ ਜਾ ਰਹੀ ਹੈ ਫਿਰ ਉੱਧਰਲੇ ਪਾਸੇ ਪੈਂਦੀ ਵਾਲ ਅਤੇ ਉੱਧਰਲੇ ਪਾਸੇ ਦੇਖਾਂਗੇ ਐਨ ਕਦੇ ਵੱਡੀ ਟਰਾਈ ਦੇ ਨਾਲ ਜਿਹੜੇ ਚਾਰ ਮੁੰਡਿਆਂ ਦੀ ਟੀਮ ਦੇ ਸੀ ਜੋ ਰਹੇ ਹੈ ਐਨ ਕਦੇ ਹਲਕੇ ਦੇ ਤੱਕ ਦੇ ਨਾਲ ਰਨ ਜਿਹੜੇ ਚਾਰ ਮੁੰਡਿਆਂ ਦੀ ਟੀਮ ਦੇ ਸੀ ਜੋ ਰਹੇ ਹੈ ਅਤੇ ਉੱਧਰਲੇ ਪਾਸੇ ਸਾਡਾ ਭਰਾ ਮਾਨੀ ਵੀ ਖੜਾ ਵੀ ਟੱਪ ਰਿਹਾ ਹੈ ਐਨ ਕਹਿੰਦਾ ਨਜ਼ਾਰੇ ਆਈ ਜਾਂਦੇ ਆ ਨਜ਼ਾਰੇ ਆਈ ਜਾਂਦੇ ਕਹਿੰਦਾ ਇੱਕ ਤਗੜਾ ਮੇਲਾ ਦਾ ਦੁਆਬੇ ਜਿਹੜਾ ਸੀ ਆਹ ਸਾਡੇ ਖੇਡਿਆ ਜਾ ਰਿਹਾ ਹੈ ਦੁਆਬੇ ਦੀ ਤਾਂ ਕਹਿੰਦੇ ਸਭ ਤੋਂ ਤਗੜਾ ਮੇਲਾ ਜਿਹੜਾ ਕਹਿ ਸਕਦੇ ਵੀ ਅੱਜ ਜਿਹੜਾ ਕਹਿੰਦੇ ਖੇਡਿਆ ਜਾ ਰਿਹਾ 32 ਦੀਵਾਰ ਆ ਕੇ ਕਹਿੰਦੇ ਮੇਲਾ ਕਰਵਾਇਆ ਭਰਾਵਾਂ ਨੇ ਤਾਂ ਸਾਹਮਣੇ ਨਹੀਂ ਤੇ ਲੜੀ ਹੈਪੀ ਕ੍ਰਿਕਟ ਛੋਟੀ ਹੁੰਦੀ ਜਾਂਦੀ ਹੈ ਵਾਕਈ ਵਾਕਈ ਉੱਧਰਲੇ ਪਾਸੇ ਕਦੇ ਸਮਾਂ ਸੀਗਾ ਵੀ ਟੀਮਾਂ ਖੁੱਲੀ ਜਿਹੀ ਹੁੰਦੀਆਂ ਸੀਗੀਆਂ ਫਿਰ ਟੀਮਾਂ ਕਹਿੰਦੇ ਚੌਂਹਟ ਰੱਖਣ ਲੱਗ ਗਏ ਫਿਰ ਚੌਂਹਟ ਤੋਂ ਕਹਿੰਦੇ 48 ਤੋਂ 32 ਤੋਂ ਕਹਿੰਦੇ 16 ਤੇ ਆ ਗਈਆਂ ਹੁਣ 16 ਤੋਂ 8 ਤੇ ਰਹਿ ਗਈਆਂ ਹੁਣ ਅੱਗੇ ਅੱਗੇ ਮੈਨੂੰ ਲੱਗਦਾ ਵੀ ਚਾਰੇ ਟੀਮਾਂ ਬੁਲਾਇਆ ਕਰਨਗੇ ਦੋ ਕਮੇਟੀ ਦੀਆਂ ਦੋ ਬਾਹਰ ਲਈਆਂ
ਤੇ ਸੱਜੇ ਸੈਨੀ ਘਰਾ ਕੇ ਬੈਠ ਹੋਇਆ ਕਰਨਗੇ। ਪਰ ਸਾਹਮਣੇ ਲਈ ਬਜਰੰਗੀ ਬਾਲਾ ਪੈਂਦੀਆਂ ਹੈ ਔਰ ਸਾਹਮਣੇ ਰਾਣੀ ਦੇ ਇੱਕਾ ਖਿਡਾਰੀ ਨੇ ਜ਼ੋਰ ਦਿੱਤਾ ਹੈ ਔਰ ਸਾਹਮਣੇ ਕਈ ਕਮੇਟੀਆਂ ਕੋਲ ਸਮਾਂ ਵੀ ਘੱਟ ਹੁੰਦਾ ਹੋਰ ਸਮਾਪਤ ਦੀ ਜ਼ੋਰ ਸਾਡੇ ਕਰਦੀ ਹੈ ਸਾਹਿਬ ਪਹਿਲਾਂ ਨਾ ਉਮਰ ਦਿਆ ਕਰੋ ਜਦੋਂ ਤੱਕ ਬਹੁਤ ਡੈਟਨੀ ਨਾ ਹੁੰਦੀ ਉਦੋਂ ਤੱਕ ਉਮਰ ਨਾ ਦਿਓ ਜੇ ਕਿਤੇ ਉਮਰ ਥੋੜ੍ਹਾ ਹੋ ਗਿਆ ਤਾਂ ਪੌੜੀਆਂ ਤੇ ਚੜ੍ਹ ਗਈ ਬਹੁਤ ਚੌਕਾ ਮੰਗਣਾ ਫਿਰ ਦੂਜੀ ਟੀਮ ਨੇ ਧਿਆਨ ਰੱਖਿਓ ਹਾਂ ਗਰਮੀ ਲੱਗਦੀ ਹੈ ਸਭ ਨੂੰ ਲੱਗਦੀ ਹੈ ਪਰ ਡਰ ਕੇ ਅੱਗੇ ਜੀਤ ਹੈ ਕਿੰਨੇ ਬਣ ਗਏ ਜੀ 33 ਬਣ ਗਏ 3 ਓਵਰ ਬਹੁਤ ਅੱਧਰਲੇ ਪਾਸੇ ਸਾਡਾ ਮਾਨੀ ਭਰਾ ਜਾਣਕਾਰੀਆਂ ਦਿੰਦਾ ਕਹਿੰਦਾ ਅਗਲੇ ਮਹੀਨੇ ਪਿੰਡ ਥਾਬੜ ਗਈ ਧਰਤੀ ਤੇ ਕਹਿੰਦੇ ਵੱਡਾ ਕੰਮ ਕਰਵਾਉਣਾ ਭਰਾਵਾ ਸਾਡਾ ਫਿਰ ਉੱਥੇ ਹੀ ਕਹਿੰਦੇ ਸਾਡਾ ਭਰਾ ਸੋਨੂੰ ਗਵਾਲੀ ਵਾਲਾ ਬੋਲਾਂ ਦੀ ਸਾਂਝ ਮਾਰ ਲਈ ਪੁੱਛੇਗਾ ਬਾਕੀ ਥਾਬੜ ਦੇ ਵੱਡੇ ਕੱਪੜੇ ਵਗੈਰੇ ਚਰਚੇ ਵੱਡੇ ਹੁੰਦੇ ਥੋੜੇ ਦੂਰ ਆ ਗਰਾਉਂਦਾ ਤੇ ਕਬੂਤਰਬਾਜ਼ੀ ਦੇ ਵਿੱਚ ਕਹਿੰਦੇ ਹੱਥ ਜਮਾ ਰਹੇ ਹੈ ਔਰ ਕ੍ਰਿਕਟ ਦੇ ਵਿੱਚ ਵੀ ਸਦਾ ਕਰਾਉਂਦੇ ਆ ਭਾਈ ਅਫੈਰ ਸਾਹਿਬ ਇਕੱਠੇ ਖੜੇ ਆ ਤਿੰਨ ਬਾਕੀ ਬਾਕੀ ਸਮੂਹ ਵੀ ਇਹ ਗੱਲ ਤੇਰੀ ਮੰਨਣ ਵਾਲੀ ਸ਼ਕੀਨ ਹੈ ਆਪ ਭਾਵੇਂ ਇੱਕ ਦਿਨ ਰੋਟੀ ਨਾ ਖਾਂਦੇ ਪਰ ਕਬੂਤਰਾਂ ਨੂੰ ਬਦਾਮਾਂ ਦੀਆਂ ਬੁਰੀਆਂ ਪਾਉਣੀਆਂ ਨੂੰ ਤੋਲਦਾ ਹਾਂ ਜਿਹੜਾ ਲੈਗ ਪੈਰ ਖੜਾ ਉਹਨੂੰ ਵੀ ਇਹੀ ਕੰਮ ਹੈ ਉਹ ਵੀ ਕਹਿੰਦੇ ਆਹੀ ਕੰਮ ਕਰਦਾ ਗਰੀਸ ਵਾਲਾ ਗਰੀਸ ਦੇ ਵਿੱਚੋਂ ਤਾਂ ਹੀ ਆਇਆ ਹੈ ਹਾਂ ਲਓ ਸਾਹਮਣੇ ਚੌਥੇ ਉਹਦੀਆਂ ਬਾਲਾਂ ਪੈ ਰਹੀਆਂ ਹੈ ਧਲੋਕਿਆ ਮਤਲਬ ਬੰਦੇ ਚਾ ਕੇ ਲੈ ਕੇ ਆਇਆ ਪਿੰਡੋਂ ਬੰਦੇ ਚਾ ਕੇ ਲੈ ਕੇ ਆਇਆ ਹੈ ਲਓ ਸਾਹਮਣੇ ਬਾਲ ਪੁੱਟ ਲਈ ਖਿਡਾਰੀ ਕਹਿੰਦੇ ਫੇਰ ਤਿਆਰ ਪਰ ਤਿਆਰ ਹੈ ਉਧਰਲੇ ਪਾਸੇ ਦੇਖਾਂਗੇ ਪੈਂਦੀ ਹੋ ਬਾਲ ਤੇ ਬਾਲ ਜਿਹੜੀ ਅਸੀਂ ਖੇਡਦੇ ਮੈਦਾਨ ਦੇ ਅੰਦਰ ਕਿਹੜੇ ਮੁੰਡੇ ਨੇ ਵਾਈਟ ਸੁੱਟ ਦਿੱਤੀ ਹੈ ਅੱਜ ਕਹਿੰਦੇ ਸਮਰਾਏ ਦੇ ਵਿੱਚ ਬਹੁਤ ਵੱਡਾ ਮੇਲਾ ਜਿਹੜਾ ਕਹਿੰਦੇ ਭਰਾਵਾਂ ਨੇ ਕਰਵਾ ਦਿੱਤਾ ਦੂਜੇ ਦਿਨ ਦੇ ਵਿੱਚ ਕਿਵੇਂ ਮੇਲਾ ਜਿਹੜਾ ਪੁੱਜ ਗਿਆ ਸਾਰੇ ਹੀ ਜ਼ਿਆਦਾ ਕਹਿੰਦੇ ਸਾਰੇ ਯਾਰਾਂ ਦੋਸਤਾਂ ਦਾ ਵੱਡਾ ਧੰਨਵਾਦ ਹੈ ਵੀ ਸਾਡੇ ਪਿੰਡ ਤੇ ਰੱਬ ਦੀਆਂ ਮਿਹਰਾਂ ਨੇ ਹਰ ਇੱਕ ਮਾਂ ਦਾ ਪੁੱਤ ਕਮਾਊ ਹੈ ਸਾਡੇ ਪਿੰਡ ਤੇ ਰੱਬ ਦੀਆਂ ਮਿਹਰਾਂ ਨੇ ਹਰ ਇੱਕ ਮਾਂ ਦਾ ਪੁੱਤ ਕੀ ਨਾਮ ਆ ਬਾਈ ਕਬੱਡੀ ਸਫਲਤਾ ਇੱਕ ਵੱਡੀ ਵਿਕਟ ਦਾ ਪਤਨ ਹੋ ਗਿਆ ਉਹਦੀ ਅਗਲਾ ਪਲੇਅਰ ਜਲਦੀ ਦੇ ਨਾਲ ਸਵਾਗਤ ਹੈ ਲੰਬੀ ਹਿੱਟ ਮੁੰਡੇ ਖੇਡੀ ਹੈ ਰਨ ਵੀ 6 ਹੋਰ ਆਪਣੀ ਟੀਮ ਦੇ ਹਿੱਸੇ ਜੋੜੇ ਹੈ
ਲਾਲੀ ਗਰਾਇਆ ਵਾਲਾ ਕਹਿੰਦੇ ਹੀਰਾ ਸਾਡਾ ਹੈ, ਬਹੁਤ ਵੱਡੇ ਮੇਲੇ ਕਹਿੰਦੇ ਮੇਰੇ ਵੀਰੋ ਰਲ ਮਿਲ ਕੇ ਕਰਵਾਉਂਦੇ ਆ, ਭਰਾ ਸਾਡੇ ਜ਼ਿੰਦਗੀ ਦੇ ਮਾਣ ਹੈ, ਧੰਨਵਾਦ ਕਰਨਾ ਹੀਰਾ ਵਾਏ ਲਓ। ਅਗਲਾ ਖਿਡਾਰੀ ਕਹਿੰਦੇ ਜਿਹੜਾ ਤਿਆਰ ਹੈ ਔਰ ਧੰਨਵਾਦ ਕਰਦੇ ਆ ਸਾਰੇ ਹੀਰਾਂ ਦਾ। ਕਿੰਨੇ ਬਣ ਗਏ ਵੀਰੇ, ਚਾਰ ਓਵਰ ਜਾਂ ਤਿੰਨ ਓਵਰ? ਚਾਰ ਓਵਰ ਤੇ 44 ਬਣ ਗਏ, ਇੱਕ ਰਹਿੰਦੀ ਹੈ ਨਾ, ਇੱਕ ਰਹਿੰਦੀ ਆ ਲਾਸਟ ਵਾਰ ਜਿਹੜੀ ਬਾਕੀ ਰਹਿੰਦੀ ਹੈ। ਚਾਰ ਓਵਰ ਤੇ ਕਹਿੰਦੇ 44 ਰਨ ਜਿਹੜੇ ਬਣ ਜਾਣੇ, ਜੇ ਆ ਡਾਊਟ ਪੈ ਗਈ, ਜੇ ਛੱਕਾ ਵੱਜ ਗਿਆ ਤੇ 50 ਬਣ ਜਾਣੇ ਆ, ਜੇ ਸਿੰਗਲ ਆ ਗਿਆ ਤੇ 45 ਬਣ ਜਾਣੇ, ਪਰ ਗੱਲ ਸਾਰੀ ਆਹ ਬਾਤ ਤੇ ਖੜੀ ਹੈ। ਔਰ ਬਾਲ ਪਾਉਣ ਲਈ ਖਿਡਾਰੀ ਕਹਿੰਦੇ ਤਿਆਰ ਹੈ, ਮੈਚ ਸਿਰੇ ਦਾ ਤੇ ਚੋਟੀ ਦਾ ਕਹਿੰਦੇ ਖੇਡਿਆ ਜਾ ਰਿਹਾ ਹੈ। 35 ਬਾਲ ਤੇ ਰਨ ਕਹਿੰਦੇ ਸੰਗਲ ਸੋਹਲ ਦੀ ਟੀਮ ਵਾਲੇ ਵੀ ਹੈਪੀ ਬਾਈ, ਇਹ ਸਾਡਾ ਵੀਰ ਹੈ ਕਿਤੇ ਉੱਪਰ ਵਾਲੇ ਲਾਊ ਵਾਲੇ ਕੋਲ ਬਾਲ ਸਿੱਧੀ ਆਉਂਦੀ ਨੇ ਤੇ ਰਨ ਜਿਹੜੇ 6 ਅਸਲੇ ਟੀਮ ਦੇ ਸੀ ਜੁੜੇ ਹੈ। ਪਰ ਕਹਿੰਦੇ ਲਾਸਟ ਓਵਰ ਦੀਆਂ ਬਾਲਾਂ ਜਿਹੜੀਆਂ ਅਸਲ ਨੇ ਖੇਡ ਦੇ ਮੈਦਾਨ ਦੇ ਉੱਪਰ ਪੈ ਰਹੀਆਂ, ਚੱਲਦਾ ਹੋਇਆ ਤਗੜਾ ਮੁਕਾਬਲਾ ਹੈ। ਕਹਿੰਦੇ ਸਿਰੇ ਦੀ ਟੱਕਰ ਤੇ ਦੁਆਬੇ ਦਾ ਵੱਡਾ ਕੱਪ, ਉਧਰੋਂ ਕਹਿੰਦੇ ਹੈਪੀ ਆ ਭਰਾ ਸਾਡਾ, ਵੱਡਾ ਧੰਨਵਾਦ ਹੈ ਕਹਿੰਦੇ ਜਲੰਧਰ ਤੋਂ ਆਇਆ ਹੋਇਆ ਵੀ ਸ਼ਕਤੀਮਾਨ, ਵੱਡੇ ਮਾਣ ਆ ਭਰਾ ਤੇ, ਵੱਡਾ ਧੰਨਵਾਦ ਕਰਦਾ ਹੈ, ਹੈਪੀ ਆ ਭਰਾ ਸਾਡਾ, ਜ਼ਿੰਦਗੀ ਦਾ ਮਾਣ ਹੈ, ਬੜਾ ਪਿਆਰਾ ਵੀਰਾ ਸਾਡਾ ਹੈ। ਆਹ ਸਾਲ ਲੈ ਵੀ ਸੁੱਖਾ ਵੱਡੀਆਂ ਜ਼ਿੰਮੇਵਾਰੀਆਂ ਭਰਾ ਤੇ, ਆਹ ਸਾਲ ਵੱਡੀਆਂ ਜ਼ਿੰਮੇਵਾਰੀਆਂ ਤੇ ਭਰਾ ਕਿਹਾ ਵੀ, ਭਾਵੇਂ 3 ਦਿਨ ਦਾ ਮੇਲਾ ਹੈ, ਭਾਵੇਂ 5 ਦਿਨ ਦਾ ਮੇਲਾ ਦਾ ਵੀ ਪ੍ਰਵਾਨ ਆ, ਲੰਗਰ ਦੇ ਵਿੱਚ ਥੋੜ੍ਹਾ ਨਹੀਂ ਹੋਊ ਕੋਈ, ਲੰਗਰ ਪ੍ਰੋਪਰ ਹੋਣਗੇ। ਮੇਲਾ ਕਿਹੜੇ ਸਮਰਾਇਆ ਦਾ ਚੱਲਦਾ, ਚਾਹਦਾ ਚੜ੍ਹਦਾ, ਚਾਹਦਾ ਚੜ੍ਹਦਾ।
ਲਓ ਸਾਹਮਣੇ ਸ਼ੱਕੇ ਤੇ ਸ਼ੱਕਾ ਵੱਜਦਾ ਹੈ ਤੇ ਸਕੂਟਰੀ ਤੇ ਸਕੂਟਰੀ ਘੁੰਮਦੀ ਹੈ। ਆਹ ਮੇਰੇ ਵੀਰੋ ਬੈਲ ਦੇ ਡੈਲ ਘੁੰਮਦੇ ਹੈ, ਕਈਆਂ ਦੇ ਡੈਲ ਘੁੰਮਦਾ, ਕਈਆਂ ਦੀ ਸਕੂਟਰੀ ਘੁੰਮਦੀ ਹੈ ਤੇ ਕਈ ਭਰਵਾਨ ਹੁਣ ਨੀਂਦ ਭਾਲਦੇ ਹੈ। ਲਓ ਸਾਹਮਣੇ ਬਾਲ ਫੇਰ ਪੌੜ ਲਈ ਤਿਆਰ ਹੋ ਤਿਆਰ ਹੈ। ਹੋਰ ਦੇਖਾਂਗੇ ਸਾਹਮਣੇ ਕਹਿੰਦੇ ਵਾਲ ਜਿਹੜੀ ਅਸਲ ਫੇਰ ਖੇਡ ਮੈਦਾਨ ਦੇ ਅੰਦਰ ਮੁੰਡੇ ਨੇ ਪਾਈ ਹੈ ਤੇ ਉੱਧਰਲੇ ਪਾਸੇ ਆਹ ਵੀ ਲਾ ਲਿਆ, ਉਹ ਵੀ ਲਾ ਲਿਆ ਹੈ। ਇੱਕ ਹੋਰ ਵੱਡੀ ਫਿਕਰ ਦਾ ਕਿਤੇ ਪਤਾ ਨਹੀਂ, ਨਾਮ ਆ ਸਾਹਿਲ ਖਿਡਾਰੀ ਕਿਹੜੇ ਜਿਹੜਾ ਆਊਟ ਕੇ ਤਾਪਸਾ ਮੇਰੀ ਜੀ, ਵੱਡੀ ਸਫਲਤਾ ਵੱਡੀ ਫਿਕਟ ਜਿਹੜੀ ਆਊਟ ਹੋ ਗਈ ਹੈ, ਕਿਆ ਬਾਤ ਆ। ਬੱਚੇ ਕਹਿੰਦੇ ਪ੍ਰੋਟੀਨ ਖਾਂਦੇ ਆ ਉੱਧਰ, ਐਨ ਗੱਲਾਂ ਹੁੰਦੀਆਂ। ਹਾਂ ਗੌਰਵ ਬੁੱਗੀ ਵਾਕਈ ਵਾਕਈ ਗੱਲਾਂ ਹੋਣੀਆਂ, ਗੱਲਾਂ ਹੋਣੀਆਂ ਸੁਣੀ ਬਾਈ, ਕਿਉਂਕਿ ਮੇਲਾ ਗੁੱਟ ਫਰੈਸ ਵਾਲੇ ਭਰਾਵਾਂ ਦਾ ਹੈ। ਗੱਲਾਂ ਵਾਕਈ ਹੋਣੀਆਂ, ਗੱਲਾਂ ਦੁਨੀਆਂ ਦੇ ਕੋਲੇ ਕੋਲੇ ਤੱਕ ਹੁੰਦੀਆਂ। ਗੁੱਟ ਫਰੈਸ ਵਾਲੇ ਭਰਾਵਾਂ ਦਾ 6 ਲੱਖ ਰੁਪਏ ਦਾ ਮਹਾਂਕੁੰਭ ਸ਼ੁਰੂ ਹੋ ਚੁੱਕਾ ਹੈ ਤੇ ਕੱਲ੍ਹ ਨੂੰ ਕਹਿੰਦੇ ਫਾਈਨਲ ਦੇ ਮੁਕਾਬਲੇ ਇਸੇ ਖੇਡ ਮੈਦਾਨ ਦੇ ਅੰਦਰ ਹੋਣ ਵਾਲੇ। ਉੱਧਰਲੇ ਪਾਸੇ ਫਿਰ ਕਹਿੰਦੇ ਵਾਲ ਜਿਹੜੀ ਮੁੰਡੇ ਨੇ ਕੀਤੀ ਹੈ, ਪਰ ਵਾਲ ਅਸਲ ਲਈ ਚੌਕਾ ਜੋੜ ਦੇ ਵਿੱਚ ਜੇ ਲੱਗਦਾ ਲਾਗੇ 4 ਰਨ ਜਿਹੜੇ ਹੋਰ ਮੁੰਡੇ ਲਾਸਟ ਵਾਰ ਨੂੰ ਟੀਮ ਦੇ ਸਹਿਯੋਗ ਦਿੱਤੇ ਹੈ। ਨਹੀਂ ਕਿੰਨੇ ਬਣ ਗਏ, 58 78 ਕਹੀ ਜਾਂਦੇ ਉਹ ਚੌਕਾ ਸੀ। ਕਿਉਂ ਨੀ ਕਹਿਣਾ ਹੈ, ਔਰ ਸੋਨੂੰ ਸਾਡਾ ਵੀਰ ਹੈ, ਕਹਿੰਦੇ ਲੈ ਵੀ ਸੋਨੂੰ ਵੱਡੀ ਮਾਰ ਕੇ ਵਾਲਾ ਹੈਪੀ ਭਰਾ ਵੱਲੋਂ78 ਕਹੀ ਜਾਂਦੇ 5 ਓਵਰ ਰੋਟੀ ਖਾ ਲਾ ਆਇਆ ਟ੍ਰਾਈ ਲਵਾ ਦੇ ਚੌਕਾ ਲਵਾ ਦੇ ਫਾਈ ਕਿ ਤੈਨੂੰ ਕਈ ਜਣਾ ਦੇ ਦਿੱਤਾ ਸਾਡੇ ਨੂੰ ਫਾਈ ਕਿ ਜੀ ਬਾਲ ਮਾਰੀਆ ਤੈਨੂੰ ਕਈ ਜਣਾ ਸੜਦੇ ਸਲੋ ਹੈਪੀ ਦੀ ਬੱਤੀ ਬੈਠੀ ਆ ਹਰਸ਼ਤਾ ਉਹ ਚੱਲ ਠੀਕ ਆ ਹੈਪੀ ਦਾ ਪੋਪਾ ਨੂੰ ਵੀ ਹੈਪੀ ਕਰੇਟੇ ਖੇਡਣੀ ਆ ਹੈਪੀ ਸਿਆ ਭਾਵੇਂ 2-3 ਵਜੇ ਤੋਂ ਨਾ ਨਾਉ ਨਾ ਕਰਵਾਉਣੇ ਪੈਣ ਜਿਹੜੇ ਜਵਾਨ ਨੇ ਦੇਖ ਕੇ ਦੋ ਅੱਗੇ ਆ ਗਏ ਕਰੇਟੇ ਖੇਡਣੀ ਆ ਉਹ ਅੱਗੇ ਆ ਕੇ ਮਾਰੀ ਅੱਜ ਦੇ ਵੀਰੋ ਆਪਣਾ ਵਾਲਾ ਹੋਇਆ ਆਪਣਾ ਵਾਲਾ ਇਹ ਚੱਤੀ ਹੁੰਦਾ ਆਪਣਾ ਬਕੈਲੇ ਦੇ ਉਧਰੋਂ ਦਿੱਲੀ ਵਾਲੇ ਬੈਠੇ ਆ ਸੋਨੂੰ ਹੋਣੀ ਕਹਿੰਦੇ ਮੇਰੇ ਵੀਰੋ ਕੋਈ ਨੀ ਕੋਈ ਨੀ ਮਾਫ ਆ ਜਿਹੜੇ ਸਕੋਰਿੰਗ ਕਰਦੇ ਆ। ਹਾਂ ਐ ਕਰੋ ਭੱਜ ਕੇ ਲਿਆਈ ਵਾਹ ਜੀ ਵਾਹ ਸੋਨੂੰ ਆਇਆ ਬਾਅਦ ਦਾ ਪਹਿਲਾਂ 500 ਚੱਕੀ ਫਿਰਦਾ ਕਿਹਨੂੰ ਦੇਣਾ। ਹਾਂ ਐ ਨੀ ਹੁੰਦਾ ਕੰਮ
ਸੋਨੂੰ ਕਹਿੰਦਾ ਵੀ ਜਿੰਨੇ ਵੀ ਅੱਜ ਆਇਆ ਸਾਰਿਆਂ ਨੂੰ ਵੱਡੀ ਪਾਰਟੀ ਕਰਨੀ, ਅੱਜ ਜਗਤਾਰ ਦੀ ਮੰਮੀ ਦਾ ਜਨਮ ਦਿਨ ਆ ਮੇਰੀ ਵੀਰ, ਗੱਲਾਂ ਹੋਣ ਗਈਆਂ ਸੁੱਕੇ ਵੀ ਹੋਣੇ ਫਿਰਦੇ ਆ। ਹਾਂ ਅੱਜ ਕੋਠੇ 'ਤੇ ਰੈਸਟੋਰੈਂਟ ਬਣਨਾ ਹੈ। ਹਾਂ ਠੀਕ ਆ ਸੋਨੂੰ ਹੋਣੀ, ਕਹਿੰਦੇ ਵੀ ਹੁਣ ਕਹਿਣੇ ਤੋਂ ਬਾਅਦ ਆਪਾਂ ਆ ਗਿਆ ਫੋਟੋ ਵਾਲਾ ਵੀ ਤੇਜ਼ੀ ਕਿੱਥੇ ਆ ਹੋ ਜਾ ਨਾਲ। ਵੈਸੇ ਸੋਨੂੰ ਇੱਕ ਦਿਮਾਗ ਵਾਲੀ ਗੱਲ ਹੈ, ਜਿੱਦਾਂ ਵੀ ਨਾ ਗੁੱਡ ਫਰੈਂਡ ਵਾਲੇ ਭਰਾਵਾਂ ਦਾ ਮੇਲਾ ਹੁੰਦਾ ਹੈ ਅਤੇ ਇਹਨਾਂ ਦੇ ਕਿਸੇ ਨਾ ਕਿਸੇ ਹੱਦ ਲਜ਼ੀਜ਼ ਦਾ ਜਨਮਦਿਨ ਜ਼ਰੂਰ ਹੁੰਦਾ। ਪਿਛਲੀ ਵਾਰ ਵੀ ਫਾਈਨਲ ਵਾਲੇ ਦਿਨ ਕਿਸੇ ਭਰਾ ਦਾ ਬਰਥਡੇ ਸੀ ਤਾਂ ਕੋਠੇ 'ਤੇ ਸੈਲੀਬ੍ਰੇਟ ਕੀਤਾ ਸੀ। ਹੈਪੀ ਹੋ ਜਾਈ ਮੇਰਾ ਵੀ, ਫੋਟੋ ਘਰ ਨਾਲ ਹੈਪੀ ਨਾਲ ਹੋ ਜਾਓ ਮੇਰਾ ਵੀ। ਹਾਂ ਪਿਛਲੀ ਵਾਰ ਮੋਨੂ ਦਾ ਜਨਮਦਿਨ ਸੀਗਾ, ਉਦੋਂ ਉੱਪਰਲਾ ਬਾਹਲਾ ਰੋਇਆ, ਰੋਜ਼ੇ ਵੀ ਪਾ ਲੈਂਦਾ ਸੀਗਾ। ਆ ਜਾ ਹੈਪੀ ਅੱਗੇ ਹੋ ਜਾ। ਇਹ ਤਾਂ ਜਾਦਾ ਨਹੀਂ ਜਾਦਾ, ਆਪਾਂ ਕਿਹੜਾ ਉਹ 500 ਹੋਣਾ ਦੁਕਾ ਕੇ। ਹਾਂ ਲੰਬੜ ਹੋਣੀ ਆ ਗਈ, ਸੈਕਟਰੀ ਸਾਹਿਬ ਵੀ ਬੈਠੇ ਆ, ਸਵੇਰ ਦੇ ਨਜ਼ਾਰੇ ਲੈਂਦੇ ਆ ਸੈਕਟਰੀ ਸਾਹਿਬ। ਸੁਸਾਇਟੀ ਬੰਦ ਆ ਤਿੰਨ ਦਿਨ ਕਹਿੰਦਾ ਹੈ। ਹਾਂ ਹੁਣ ਜ਼ੋਰ ਆ, ਹੁਣ ਸੁਸਾਇਟੀ ਬੰਦ ਕਰਤੀ ਗੋਰੇ ਨੇ। ਫਿਕਰ ਨਾ ਕਰ, ਕਿਉਂਕਿ ਸੋਨੂੰ ਕਹਿੰਦਾ ਸੀਗਾ ਵੀ ਹੱਥ ਨੀ ਬਣਾਉਣੇ ਪਾਉਣੇ, ਕੱਲੇ ਹੀ ਪਾਉਣਾ, ਅੱਠ ਜਿੰਨਾ ਹਿਸਾਬ ਕਰਨਾ ਤੇਰਾ ਕਹਿਣਾ ਕਰ। ਕਹਿੰਦੀ ਸਤਿਆਣਾ ਕਹਿੰਦਾ ਅੱਠ ਜਿੰਨਾ ਕੱਲੇ ਦਾ ਹਿਸਾਬ ਕਰਨਾ ਤੇਰਾ, ਤੇਰੀ ਕਿਆ ਦੀ ਮੇਰੇ ਕੋਲ ਇਹਨਾਂ ਦੀ ਧਨਾ ਜੀ ਕਰੋ ਬਰੀ ਲੈ ਕੇ ਭੱਜ ਗਏ। ਹਾਂ ਜਾ ਗਰੀਬ ਆਇਆ, ਜਾ ਜਾ ਰਿੱਕੀ ਦੇ ਨਾਲ ਬੁੱਢੂ ਭਾਜੀ 76 ਆਣਾ ਬਾਬੂ 76 70 ਕਰ ਰਿਹਾ, ਇਹ ਧਿਆਨ ਰੱਖਿਓ ਮੇਰਾ ਵੀਰ। ਬਾਬੂ 76 ਆ ਨਾ। ਹਾਂ ਲੜੀ ਹੁਣ ਤੁਸੀਂ ਦੇਖੋ, ਕੱਲ ਖਾਈ ਜਾਂਦੇ ਸੀ ਅੱਜ ਵਧਾਈ ਜਾਂਦੇ ਆ। ਸ਼ਾਬਾਸ਼ੀ ਗਾ, ਠੀਕ ਆ ਤਗੜਾ ਓਕੇ, ਚਲ ਕੋਈ ਨਹੀਂ ਹੁਣ 76 ਤੇ ਕਰ ਦੋ ਠੀਕ ਆ। ਬਾਬੂ ਕੋਟ ਖਾਸ ਲਈ ਧਰਤੀ ਦਾ ਮਰੀਜ਼, ਪਹਿਲੀ ਵਾਰ ਮੁੰਡਾ ਪਾਉਣ ਲਈ ਤਿਆਰ ਵਾ ਤਿਆਰ ਹੈ। ਕੋਟ ਲਈ ਗਾਜਰਾ ਪਿੰਡ ਕਹਿੰਦੇ ਨਵਰਾਜ, ਉਹਨਾਂ ਦਾ ਵੱਡਾ ਨਾਮ ਹੈ ਨਾ ਸਾਹਮਣੇ, ਪਹਿਲੀ ਵਾਰ ਮੁੰਡੇ ਨੇ ਕਿਤੇ ਭਾਰ ਦਿੱਤੀ ਹੈ, ਪਹਿਲੀ ਵਾਰ ਕਿਤੇ ਸੋਨੇ ਦੀ ਗੱਭਰੂ ਨੇ ਭਾਰ ਦਿੱਤੀ ਹੈ। ਲੜੀ ਹੈਪੀ ਵਾਰ ਪਾਉਣ ਲਈ ਮੁੰਡਾ ਫੇਰ ਬਾਬੂ ਕਿਹੜੇ ਤਿਆਰ ਵਾ ਤਿਆਰ ਆ। ਜਲੰਧਰ ਤੋਂ ਕਹਿੰਦੇ ਸਾਊਂਡ ਆਈ ਹੋਈ ਆ, ਜਦੋਂ ਹੈਪੀ ਆਇਆ ਹੈਪੀ ਕਹਿੰਦਾ ਵੀ ਸਾਊਂਡ ਵੀ ਵੱਡੀ ਲੈ ਕੇ ਆਉਣੀ ਆ, ਜਲੰਧਰ ਤੋਂ ਲੈ ਕੇ ਆਇਆ ਭਰਾ ਸਾਡਾ, ਬੜਾ ਧੰਨਵਾਦ ਕਰ ਰਹੇ ਹਾਂ।
ਬਹੁਤ ਪਿਆਰੇ ਵੀਰ ਦਾ ਹੈ ਤਾਂ ਉਹ ਸਾਹਮਣੇ ਬਾਹਰ ਫੇਰ ਬਾਹੂ ਦੀ ਪੈ ਰਹੀ ਹੈ। ਵਾਕਈ ਵਾਕਈ ਸਾਉਣ ਵਾਲੇ ਵੀਰ ਦਾ ਵੱਡਾ ਧੰਨਵਾਦ ਹੈ। ਅਮਨ ਲਾਈਟ ਐਂਡ ਸਾਊਂਡ ਇੱਧਰ ਤੋਂ ਸਾਡਾ ਭਰਾ ਪੁੱਛਿਆ ਜਿਹਨੇ ਬੜੀ ਵਧੀਆ ਸਾਊਂਡ ਲਾਈ ਹੋਈ ਹੈ, ਬੜੀ ਪਿਆਰੀ ਤੇ ਮਿੱਠੀ ਆਵਾਜ਼ ਰੱਖੀ ਹੋਈ ਹੈ। ਸਕੋਰ ਬੁੱਕ ਤੇ ਇੱਕ ਪਲੇਅਰ ਆ ਸਾਡੇ ਕੋਲ, ਅੱਜ ਵੀ ਬੇਨਤੀ ਆ ਭਰਾ ਬਣਿਆ ਜਲਦੀ ਦੇ ਨਾਲ ਉਰੇ ਨਾ ਖੜਦੇ ਬਾਲ ਪਾਉਣ ਦੀ ਖਿਡਾਰੀ ਕਿਹਦੇ ਤੇ ਆ ਗਿਆ, ਕਿਉਂਕਿ ਸ੍ਰੀ ਦਾ ਪਤਾ ਨਹੀਂ ਪਹਿਲੇ ਰੌਣ ਤੋਂ ਦੇ ਦੀ ਅਸੀਂ ਸ੍ਰੀ ਦਾ ਕੁਝ ਨਹੀਂ ਪਤਾ ਦੇਖ ਕੇ ਮਾਰ ਪੂਰੀ ਮਾਰ ਪਹਿਲੇ ਰੌਣ ਤੋਂ ਦੇ ਦੀਏ ਔਰ ਗੱਲਾਂ ਬਾਤਾਂ ਕਹਿੰਦੇ ਟਿਕਾ ਰਹੇ ਆ ਰੱਬ ਦੀ ਹੁਣੀ ਬੱਚੇ ਆ ਬਾਲ ਪਾਉਣ ਲਈ ਕਿਤੇ ਖਿਡਾਰੀ ਫੇਰ ਜਿਹੜਾ ਤਿਆਰ ਪਰ ਤਿਆਰ ਹੈ ਬਹੁਤ ਗੱਲੇ ਪਾਸੇ ਦੇਖਾਂਗੇ ਸਾਹਮਣੇ ਕਿਤੇ ਬਾਲ ਜਿਹੜੀ ਅਸਲ ਫੂਲ ਦੇ ਮੈਦਾਨ ਵਿੱਚ ਹੈਗੀ ਹੈ ਪਰ ਬਾਲ ਮੁੰਡੇ ਅਸਲ ਕਹਿੰਦੇ ਆ ਤਿਆਰ ਚੁੱਪ ਵਾਲੀ ਉਹ ਪਲਾਂਟੀ ਲਾ ਦਿੰਦੇ ਆ ਪੰਜ ਰਨ ਦੀ ਸਿੱਧੀ ਉਹ ਦੇਖਦੇ ਨੀ ਹੈਗੇ ਪਹਿਲਾਂ ਵੀ ਦੋ ਟੀਮਾਂ ਨੂੰ ਲਾ ਕੇ ਹਟਿਆ ਹੁਣ ਪਤਾ ਲੱਗਿਆ ਵੀ ਸਮਰਾਈ ਦੇ ਵਿੱਚ ਆਇਆ ਹੋਇਆ ਉਦੋਂ ਦਾ ਤੇ ਐ ਲੱਗਦਾ ਸੀਗਾ ਜਿਵੇਂ ਅਖੰਡ ਪਾਠ ਮੇਰੇ ਵੀਰੋ ਲਾਈਵ ਕਰਨ ਆਇਆ ਹੋਵੇ ਪਾਠ ਪਰ ਸਰੀਰ ਮਿਲਾ ਗਿਆ ਸਾਡੇ ਸਮਰਾਈ ਵਾਲੇ ਭਰਾਵਾਂ ਨੇ ਕਰਾ ਦਿੱਤਾ ਹਰ ਸਾਲ ਲੈ ਲਈ ਹੁਣ ਸਿਰੇ ਦਾ ਟੂਰਨਾਮੈਂਟ ਕਰਾਉਂਦੇ ਆ ਭਾਰ ਸਾਡੀ ਕਹਿ ਸਕਦੇ ਸੋਨੂੰ ਵਰਗੇ ਵੀਰ ਜਸ ਵਰਗੇ ਭਰਾ ਨਿਧੀ ਵਰਗੇ ਵੀਰ ਸਿਰੇ ਦਾ ਮੇਲਾ ਖੇਡਦੇ ਮੈਦਾਨ ਦੇ ਵਿੱਚ ਕਹਿ ਸਕਦੇ ਆ ਛਿਅੱਤਰ ਬਣੇ ਤੇ 77 ਸਕੋਰ ਦਾ ਜਿਹੜਾ ਟਾਰਗੇਟ ਹੈ ਹੈਪੀ ਮਾਹੀ ਹੈ ਕਹਿੰਦੇ ਭਰਾ ਸਾਡਾ ਜਲੰਧਰ ਵਾਲਾ
ਜੱਦੀ ਪਿੰਡ ਸਪਰਾਏ ਆਪਾਂ ਰਹਿਣ ਬਸੇਰੇ ਅੱਜ ਕੱਲ੍ਹ ਮੇਰੇ ਵੀਰੋ ਫਗਵਾੜੇ ਦੇ ਵਿੱਚ ਸੋਰੀ ਜਲੰਧਰ ਦੇ ਵਿੱਚ ਨੇ ਫਗਵਾੜੇ ਦੇ ਵਿੱਚ ਮਾਂ ਚਿੰਤੀਪੁਰ ਚਿੰਤਪੁਰ ਨੇ ਇੰਡਸਟਰੀ ਦੀ ਜਿਹੜੀ ਸ਼ੁਰੂਆਤ ਕੀਤੀ ਮਹਾਮਾਈ ਨੇ ਕੰਮਾਂ ਕਰਨ ਦੇ ਵਿੱਚ ਬਹੁਤ ਵਾਧਾ ਕੀਤਾ ਕਹਿੰਦੇ ਜੀ ਹੈਪੀ ਹੋਣੀ ਕਹਿੰਦੇ ਹੈ ਵੀ ਅੱਜ ਸਭਾ ਦਾ ਸ਼ੁਕਰ ਆ ਪਰਮਾਤਮਾ ਦਾ ਸਪਰਾਏ ਕੱਪ ਦੇ ਲੈ ਸੁਣੋ ਸਾਰੀ ਪ੍ਰਬੰਧਕ ਹੈਪੀ ਕਹਿੰਦਾ ਵੀ ਕਿਹੜੀ ਮਰਜ਼ੀ ਸੇਵਾ ਲਾ ਲਿਓ ਭਾਵੇਂ ਆਉਣ ਵਾਲੇ ਪਲਿਆਂ ਦੇ ਵਿੱਚ ਸਾਡੇ ਸਿਰ ਮੱਥਿਆਂ ਤਾਲੀਆਂ ਮਾਰਦੇ ਹੋ ਉਹਦਾ ਬਾਲਰ ਨੇ ਹੈਪੀ ਭਰਾ ਸਾਡਾ ਕਿਤੇ ਬਹੁਤ ਬੜਾ ਧੰਨਵਾਦ ਕਰਦੇ ਹੈ ਕਿਹੜਾ ਕਹਿੰਦਾ ਵੀ ਜਿਹੜੀ ਮਰਜ਼ੀ ਸੇਵਾ ਲਾ ਦਿਓ ਸਾਡੇ ਸਿਰ ਮੱਥਿਆਂ ਦੀ ਮਾਂ ਚਿੰਤਪੁਰ ਨੇ ਦਰਸ਼ੀ ਦਾ ਬਹੁਤ ਬੜਾ ਨਾਮ ਹੈ ਔਰ ਮੇਰੀ ਜਿਹੜੇ ਕਿਰਪਾ ਉਹਨਾਂ ਦੀ ਉਹਨਾਂ ਦੇ ਸਿਰ ਤੇ ਕਿਤੇ ਉੱਡੇ ਫਿਰਦੇ ਹੈ ਬਹੁਤ ਬੜਾ ਧੰਨਵਾਦ ਕਰਦੇ ਹਾਂ ਭਰਾ ਦਾ ਸਾਡੇ ਦਾ ਔਰ ਵਾਕਈ ਵਾਕਈ ਕਹਿੰਦੇ ਜਿੱਡਾ ਵੱਡਾ ਸਾਡੇ ਭਰਾ ਦਾ ਸਰੀਰ ਹੈ ਓਡਾ ਵੱਡਾ ਦਿਲ ਹੈ ਭਰਾ ਸਾਡੇ ਦਾ ਹਾਂ ਸੁੱਖਾ ਕਿਵੇਂ ਨਹੀਂ ਮੇਰੇ ਵੀਰੋ ਮੇਰੀ ਸੁੱਖੀ ਨੇ ਸੇਵਾ ਲਾ ਦੀ ਹੈ ਜੀ ਸੁੱਖੇ ਨੇ ਸੇਵਾ ਲਾ ਦੀ ਗੱਲਾਂ ਕਹਿੰਦੇ ਮੇਰੇ ਸੁੱਖੇ ਨੇ ਹਾਂ ਸੁੱਖੇ ਨੇ ਸੁੱਤਾ ਨਹੀਂ ਰਿਹਾ ਸੁੱਖੇ ਨੇ ਸੇਵਾ ਲਾ ਦੀ ਲਓ ਸਾਹਮਣੇ ਬਾਲ ਪਾਉਣ ਲਈ ਮੁੰਡਾ ਹੋਰ ਪਿਆਰ ਲੈ ਜਾ ਹਰ ਉਹ ਤਾਂ ਪਹੁੰਚੇ ਜਾਣੇ ਉਹ ਹੈ ਸਿੱਧਾ ਸੀ ਸਾਬਾ ਗੁੱਡੋ ਸਾਬਾ ਕੋਈ ਨੀ ਪਰ ਜਿਵੇਂ ਕਹਿੰਦੇ ਸਰ ਸਿਮਰਨ ਨੇ ਗੁਰਸਿਮਰਨ ਨੇ ਕਹਿੰਦੇ ਟੀਮ ਫਿੱਟ ਕਰਕੇ ਭੇਜੀ ਆ ਨਾ ਅਮਰੀਕਾ ਵਾਲੇ ਨੇ ਤੇ ਗੱਲਾਂ ਬਾਤਾਂ ਟਿਕਾਣੇ ਲੱਗੀਆਂ ਪਈਆਂ ਮੇਰੀ ਵੀਰੋ ਆਹ ਗੁਰਸਿਮਰਨ ਆ ਕਹਿੰਦੇ ਅਮਰੀਕਾ ਵਾਲਾ ਭਰਾ ਸਾਡਾ ਸੰਗਲ ਸੋਹਲ ਦੀ ਟੀਮ ਆ ਅੱਜ ਪੱਦੇ ਦੀ ਬਣਾ ਕੇ ਭੇਜੀ ਹੈ ਉਹ ਪੈਂਦੀ ਬਾਲ ਕਹਿੰਦੇ ਖੇਡ ਮੈਦਾਨ ਦੇ ਵਿੱਚ ਫੇਰ ਵਾਇਰ ਹੈ ਬਾਜ ਦੀ ਫੇਰ ਵਾਇਰ ਹੈ ਮੇਰੀ ਵੀਰੋ ਗਰੀਬ ਵਾਲਾ ਵੀ ਕਹਿੰਦਾ ਵੀ ਇਹ ਕਿਲੇ ਦਾ ਮੇਲਾ ਵੀ ਹੋ ਸਕਦਾ ਹੈ ਅੱਠ ਜਾਂ ਬਾਰਾਂ ਟੀਮਾਂ ਉਹ ਮੇਰੀ ਵੀਰੋ 4-5 ਲੱਖ ਦਾ ਬਜਟ ਹੋਣਾ ਗੱਲਾਂ ਬਾਤਾਂ ਟਿਕਾਣੇ ਲੱਗ ਰਹੀਆਂ ਹੈ ਸਾਹਮਣੇ ਬਾਲ ਪੁੱਟ ਲਈ ਮੁੰਡਾ ਤਿਆਰ ਹੈ ਖੇਡ ਮੈਦਾਨ ਦੇ ਵਿੱਚ ਦੋ ਰਹਿੰਦੇ ਕੋਈ ਨੀ ਗੁੱਡੇ ਕੋਈ ਨੀ ਸ਼ਾਬਾ ਸ਼ਾਬਾ ਗੁੱਡੋ ਸ਼ਾਬਾ ਆਇਆ ਨੇ ਪੁੱਤ ਕੋਈ ਨਾ ਸ਼ਾਬਾ ਗੁੱਡੋ ਦੇਖੀ ਆਹ
ਗੁੱਡੋ ਲਾਉ ਸ਼ਕਾ ਬਜ ਗਿਆ ਖਾਸ ਕਿਆ ਸੱਤੇ ਹੀ ਲਾਣਾ ਹੈ ਐਲਾਨ ਹੈ ਲਾਉ ਸਾਹਮਣੇ ਕਿਉਂਕਿ ਸ਼ਕਾ ਬਜ ਗਿਆ ਤੇ ਬੜੇ ਨੇ ਕਹਿੰਦੇ ਕਮਾਲ ਜਿਹੜੀ ਕਰ ਦਿੱਤੀ ਹੈ ਹਾਂ ਹਾਂ ਬਈ ਮੰਤਰੀ ਆਇਆ ਬਈ ਅਗਲੇ ਮੈਚ ਦੇ ਟੀਮਾਂ ਬੇਗਪੁਰਾ ਤੇ ਤਰੋਤਾ ਇਹ ਟੀਮਾਂ ਜਿਹੜੀਆਂ ਤਿਆਰ ਰਹਿਣਗੀਆਂ ਅਮਨ ਟੈਣਾ ਪੁੱਛ ਰਿਹਾ ਇਹ ਟੀਮਾਂ ਤਿਆਰ ਰਹਿਣ ਦਾ ਸਾਹਮਣੇ ਕਿਆ ਬਾਤ ਆ ਬਈ ਸ਼ਾਟ ਵਧੀਆ ਲੱਗਾ ਤਾਲੀਆਂ ਮਾਰੋ ਜ਼ੋਰਦਾਰ ਕਿਆ ਬਾਤ ਆ ਸਿਰਾ ਕਰਤਾ ਬੜੇ ਨੇ ਰੈਡ ਦੇ ਸ਼ੇ ਆਪਦੀ ਟੀਮ ਲਈ ਕਿਤੇ ਫੇਰ ਮੇਰੇ ਜ਼ੋਰ ਦਿੱਤਾ ਕਿੰਨੇ ਬਣ ਗਏ ਵੀਰੇ ਸਤਾਰਾਂ ਪੰਜਾਹ ਮਾਨੀ ਆਇਆ ਬਈ ਜਿਹੜੇ ਕਿੰਨੇ ਬਾਕੀ ਰਹਿੰਦੇ ਆ ਸੱਠ ਆਇਆ ਆਇਆ ਮਾਨੀ ਆਇਆ ਸੱਠ ਰਨ ਬਾਕੀ ਰਹਿੰਦੇ ਆ ਥੋੜੀ ਮਿਹਨਤ ਕਰਨੀ ਪੈਣੀ ਹੈ ਬੋਲਰ ਟਿੰਕੂ ਭਾਜੀ ਰਾਣੀ ਲਓ ਸੱਠ ਰਨ ਜਿਹੜੇ ਕਹਿੰਦੇ ਬਾਕੀ ਰਹਿੰਦੇ ਆ ਅਠਾਰਾਂ ਬਾਲਾਂ ਤੇ ਸੱਠ ਰਨ ਜਿਹੜੇ ਬਾਕੀ ਰਹਿੰਦੇ ਆ ਟੀਮ ਨੂੰ ਬਸ ਜਿੱਤਣ ਦੇ ਲਈ ਟੈਨ ਛੱਕਿਆ ਤੇ
500 ਰੁਪਿਆ ਕਰ ਦਿਓ ਜਗਤਾਰ ਕੇ ਸਾਡਾ ਪੱਤਰ ਕਹਿੰਦਾ ਹੈ ਵੀ ਭਾਪੇ ਦੀ ਜੇਬ ਦੇ ਵਿੱਚੋਂ 500 ਕਢਾ ਦਿਓ ਵੱਜ ਕੇ ਦੋ ਪਹਿਲਾਂ ਮਾਰੇ ਕਾਹਣ ਮਾਰੇ ਪਿਛਲੇ ਸਾਲ ਦੀ ਗੱਲ ਹੈ ਸਾਡੇ ਚਾਚਾ ਜੀ ਸਾਨੂੰ ਅਲਵਿਦਾ ਕਹਿ ਗਏ ਸੀਗੇ ਵਿਦੇਸ਼ਾਂ ਦੇ ਵਿੱਚ ਤੇ ਚਾਚਾ ਜੀ ਦਾ ਨਾਮ ਹੈ ਤੁਹਾਨੂੰ ਕਹਿੰਦਾ ਵੀ ਆਪਾਂ ਆਪਣੇ ਪੁੱਤਰ ਦਾ ਨਾਮ ਰੱਖਿਆ ਉਹਨਾਂ ਨੂੰ ਹਮੇਸ਼ਾ ਅਸੀਂ ਯਾਦ ਰੱਖਾਂਗੇ ਦਿਲ ਦੇ ਵਿੱਚ ਰੱਖਾਂਗੇ ਸਵਰਗੀ ਜਗਤਾਰ ਸਿੰਘ ਜੀ ਟੈਰੇ ਯੂਕੇ ਵਾਲੇ ਚਾਰ ਮਾਰਤ ਲਗਾਤਾਰ ਮੋਢੇ ਤੇ ਚੱਕੀ ਖੜੇ ਹੈ ਆਹ ਛੱਕਾ ਕਹਿੰਦੇ 500 ਦਾ ਹੋਣਾ ਹੈ ਇਹ ਛੱਕਾ ਵੱਜ ਗਿਆ ਸਾਡੇ ਚਾਚਾ ਜੀ ਹੁੰਦਾ ਬੋਲੋ ਦਿਆੜ ਕਰਦਾ ਤਾਂ ਵੀ 500 ਰੁਪਾ ਜਾਣਾ ਲਿਖ ਲਓ ਸੌ ਬਤਾ ਲੈਣਾ ਆਓ ਵੇਖ ਲਾ ਬਾਲਾ ਚੱਕ ਦੇ ਫਿਰਦੇ ਆਪੇ ਰੌਣਕਾਂ ਨੇ ਹਾਂਜੀ ਓਏ ਆ ਗਈ ਓਏ ਟਿੰਕੂ ਟਿੰਕੂ ਆ ਗਈ ਓਹੀ ਉਹ ਸੜਦੇ ਪੁਲਿਸ ਵਾਲੇ ਕਹਿੰਦੇ ਆ ਢਿੱਡੀ ਕਹਿ ਰਹੇ ਸਾਡਾ ਵੀਰਾ ਵੱਡਾ ਵੀਰਾ ਉਹਨਾਂ ਵੱਲੋਂ 3 ਛੱਕੇ ਹੋਰ ਵੱਜਣਾ ਤੇ 500 ਹੋਰ ਰੁਪਾ ਲੈਣਾ ਹੈ ਉਹਨਾਂ ਵੱਲੋਂ 3 ਛੱਕੇ ਜੀ ਹੋਰ ਵੱਜਦੇ ਆ ਤੇ 500 ਹੋਰ ਰੁਪਾ ਦੇਣਾ ਗਰੀਬ ਸਾਹਿਬ ਢਿੱਡੀ ਆ ਵੀ ਸਾਡਾ ਬਹੁਤ ਵੱਡੇ ਮਾਰ ਕਰਦਾ ਟੈਲੇ ਪਰਿਵਾਰ ਦਾ ਬੜਾ ਧੰਨਵਾਦ ਕਰਦਾ ਭਰਾ ਦਾ ਸਾਡੇ ਦਾ ਹਰ ਸਾਲ ਵੱਡੇ ਐਲਾਨ ਹੁੰਦੇ ਆ ਵੱਡੇ ਮਾਣ ਹੁੰਦੇ ਆ ਆਹ 52,000 ਨੇ ਪਹਿਲੇ ਦੱਸਦਾ ਸੀਗਾ ਵੀ ਅਗਲੇ ਸਾਲ 52,000 ਦੇਣਾ ਲਗਾਤਾਰ 5 ਛੱਕੇ ਮਾਰਦੇ ਮੁੰਡੇ ਨੇ ਕਰਦਾ ਸੀਗਾ ਸੋਰੀ 6 ਦੇ ਵਿੱਚ ਮਿਸ ਕਰਾ ਨਾਮ ਚਾਰ ਇੰਚ ਦੇ ਪਹਿਲਾ ਮੇਰੀ ਸੋਨਾ ਲਗਾਤਾਰ 6 ਛੱਕੇ ਮਾਰ ਰੱਖੇ ਲੱਗ ਜਾਂਦੇ ਪਹਿਲਾ ਨਾਮ ਭਾਵੇਂ ਜੇ ਵਿੱਚ ਮਿਸ ਕਰਾ ਨਾਮ ਦੀਆਂ ਹੁੰਦੀਆਂ ਨਹੀਂ ਰਹਿ ਗਏ 5 ਲੱਖ ਰੱਖ ਦਿੰਦੇ ਉੱਠ ਜਾ ਬੜੂ ਉੱਠ ਜਾ ਕੈਮਰਾ ਸੋਨੀ ਨੂੰ ਕਹਿਣਾ ਵੀ ਲਗਾਤਾਰ 6 ਮਾਰਤੇ 30 ਹੋ ਗਏ 30 ਰਹਿ ਗਏ 12 ਚ ਉਹ ਲਗਾਤਾਰ 6 ਮਾਰਤੇ ਨੇ ਚਾਰ ਇੰਚ ਤੋਂ ਪਹਿਲਾਂ ਲੈ ਵੀ ਸੁਣੋ ਮੁੰਡੇ ਨੇ 2 ਛੱਕੇ ਮਾਰੇ ਪਿਛਲੇ ਓਵਰ ਦੇ ਵਿੱਚ 4 ਓਵਰ ਦੇ ਵਿੱਚ ਮਾਰਦੇ ਲਗਾਤਾਰ 6 ਛੱਕੇ ਬਾਈ ਤਾਰੀਆਂ ਮਾਰਦੇ ਓਵਰ ਦਾ ਕੀ ਬਾਤ ਆ ਗਰੀਬ ਸਾਹਿਬ ਕਹਿੰਦਾ ਕਿ ਹਜ਼ਾਰ ਦੇਣਾ ਹੈ ਇਹ ਕਹਿੰਦੇ 500 ਪਹਿਲਾਂ ਆਇਆ ਹੈ ਤੇ 500 ਹੋਰ ਆ ਗਿਆ ਹੈ 1,000 ਰੁਪਇਆ ਬੋਲਰ ਹੈ ਭਾਜੀ ਹਾਂ ਹੱਥ 'ਚ ਫੜਾਉਣੇ ਉਹਦੇ ਰਣਜੀਤ ਤਰਨ ਤਰਨਜੀਤ ਹਾਂ ਕੈਸ਼ ਗੂਗਲ ਪੇ ਵੀ ਚੱਲੂ ਕੋਈ ਚੱਕਰ ਨਹੀਂ ਸਾਰਾ ਕੁਝ ਚੱਲੂ ਆ ਗਿਆ ਫੇਰ ਲੈਣੀ ਹੈਪੀ ਮਾਗੀ 3 ਛੱਕੇ ਹੋਰ ਮਾਰਦਾ ਤੇ ਮੈਂ ਚਿੰਤਪੁਰ ਦੇ ਅੰਦਾਸੀ ਵੱਲੋਂ ਕਹਿੰਦੇ 500 ਹੋਰ ਹਾਂਜੀ
ਬਾਜੀ ਵਧਿਆ ਮੁੰਡੇ ਤੇ ਆ ਮੁੰਡਾ ਆਊਟ ਕਰਦਾ ਹੈ ਤੇ ਆ ਮੁੰਡੇ ਨੂੰ ਕਹਿੰਦੇ ਮਨ ਚਿੰਤਪੁਰਨੀ ਯੂਨੀਵਰਸਿਟੀ ਦੇ ਸਾਡੇ ਸਾਰੇ ਭਰਾਵਾਂ ਵੱਲੋਂ ਤੇ ਨਾਲ ਖੇਤੀ ਮਾਫੀ ਉਹਨਾਂ ਦੇ ਪਰਿਵਾਰ ਵੱਲੋਂ ਪੁੱਤਰਾਂ ਵੱਲੋਂ ਬੱਚੀ ਵੱਲੋਂ 500 ਦਿੱਤਾ ਜਾਣਾ ਦੇਖ ਲਓ ਮੈਨੂੰ ਲੱਗਦਾ ਸੈਕਟਰੀ ਤੇ ਗੁਣੀਆ ਚ ਹੋ ਗਿਆ ਹੈ ਲੈ ਵੀ ਸੋਨੂੰ ਸੈਕਟਰੀ ਤੇ ਗੁਣੀਆ ਚ ਹੋ ਗਿਆ ਹੈ ਆਓ ਸਾਹਮਣੇ ਛੱਕਾ ਹੋਰ ਵੱਧ ਗਿਆ ਹੈ ਆਓ ਛੱਕਾ ਇੱਕ ਹੋਰ ਵੱਧ ਗਿਆ ਕਿਆ ਬਾਤ ਆ ਸਿਰਾ ਘਰਤਾ ਮੁੰਡੇ ਨੇ 19 ਰਹਿ ਗਈ ਸਾਡੇ ਉਹਨਾਂ ਵੱਲੋਂ ਦੇ ਪੁੱਤਰ ਸੋਢੀ ਸਮਰਾ ਯੂਐਸਏ ਵਾਲੇ ਉਹਨਾਂ ਵੱਲੋਂ ਜਿਹੜਾ ਮੁੰਡਾ ਮੈਚ ਧੋਣਾ ਜਿਹੜਾ ਸਟ੍ਰੈਂਕ ਤੇ ਆਇਆ 1000 ਰੁਪਇਆ ਜਿਹੜਾ ਕਿਤੇ ਦਿੱਤਾ ਜਾਵੇਗਾ ਮੇਰੇ ਜੀਓ 1000 ਰੁਪਇਆ ਜਿਹੜਾ ਦਿੱਤਾ ਜਾਵੇਗਾ ਲਓ ਸਾਹਮਣੇ ਕਹਿੰਦੇ ਬਾਲ ਪੈ ਰਹੀ ਆ ਫਿਰ ਓਏ ਸ਼ਾਟ ਆ ਯਾਰ ਓਏ ਬੱਲੇ ਬੱਲੇ ਓਏ ਬੱਲੇ 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 ਸਿਰਾ ਹੋ ਗਿਆ ਓਏ ਸਿਰਾ ਹੋ ਗਿਆ ਸਿਰੇ ਦਾ ਸ਼ਾਟ ਓਏ ਸਿਰਾ ਹੋ ਗਿਆ ਬਾਹਰ ਗੁੱਟੂ ਬਾਹਰ ਗੁੱਟੂ ਸਿਰਾ ਦੋ ਰਹਿ ਗਿਆ ਦੋ ਗੁਰਸੋਹਣ ਅਮਰੀਕਾ ਦੌਰਾ ਜਿਹੜਾ ਹੋਇਆ ਨਵੀਂ ਦਵਿੰਦਰਾ ਉਹ ਕਹਿੰਦਾ ਬੈਸਟ ਬਲਾ ਕਹਿ ਰਹੇ ਮੁੰਡਿਆਂ ਨੂੰ ਦੁਪਹਿਰੀ ਕਹਿੰਦੇ ਵਾਲੇ ਕੱਢੀ ਜਾਂਦਾ ਹੈ ਗੁਰਸੋਹਣਾ ਕਹਿੰਦੇ ਅਮਰੀਕਾ ਦਾ ਭਰਾ ਸਾਡਾ ਅੰਕੀ ਤੋਂ ਵੀ ਭਰਾ ਹੈ ਸਾਡੇ ਵੱਡੀ ਸਪੋਰਟ ਕਰਦੇ ਹੈ ਇਹਨੂੰ ਕਹਿੰਦੇ ਗੁੱਡੂ ਬਾਈ ਗੁੱਡੂ ਨੇ 13 ਮਾਲਾ ਖੇਡੀਆਂ ਤੇ 57 ਰਨ ਕੱਲੇ ਦੇ ਸਿਰਾ ਹੋ ਗਿਆ ਸਿਰਾ ਹੋ ਗਿਆ ਲਓ ਸਾਹਮਣੇ ਤਿੰਨ ਰਹਿ ਗਏ ਮੋਹਰੇ ਕਰ ਦਿਓ ਲੱਗਣੀ ਨੀ ਗੁੱਡੂ ਗੁੱਡੂ ਕਿਹਨੇ ਮੇਲਾ ਬਣਾ ਗਿਆ ਹੈ ਗੁੱਡੂ ਕਿਹਨੇ ਦੁਨੀਆ ਵਿੱਚ ਆ ਗਿਆ ਲੈ ਟੇਕੂ ਦਾ 1000 ਮਾਰਤਾ ਗੁੱਡੂ ਦਾ ਸਿੰਗਲ ਪਾਉਂਦਾ ਉਹ ਛੱਕਾ ਧਾਗਾ ਘਨੂੰ 1000 ਦੇਣਾ ਸੀਗਾ ਹਾਂ ਪਰ ਜਿਹੜੇ ਬਣਦੇ ਉਹ ਲੈ ਜਾ ਬਾਜੀ ਗੁੱਡੂ ਇੱਧਰ ਨੂੰ ਆ ਜਾ ਜਿਹੜੇ ਬਣਦੇ ਆ ਪੱਤਰਾ ਉਹ ਲੈ ਜਾ ਹਾਂ ਆ ਜਾ ਕੋਟਲੀ ਗਾਜਰਾਂ ਜਿੱਤੂ ਜੀ ਕਿਹੜੀ ਟੀਮ ਆਈ